ਸਤਿ ਸ਼੍ਰੀ ਅਕਾਲ ਸਾਰਿਆਂ ਦਾ ਜੀ, ਮੈਂ ਪ੍ਰੀਤੀ ਸਟੱਡੀ ਵਰਲਡ ਇਮੀਗ੍ਰੇਸ਼ਨ ਤੋਂ, ਅਤੇ ਅੱਜ ਦਾ ਸਾਡਾ ਲਾਈਵ ਸੈਸ਼ਨ ਦਾ ਟੋਪਿਕ ਹੈਗਾ ਆਸਟ੍ਰੇਲੀਆ ਗੈਪ ਨੂੰ ਲੈ ਕੇ। ਅਤੇ ਅੱਜ ਸਾਡੇ ਨਾਲ ਨੇ ਮਨੀਸ਼ ਸਰ, ਮਨੀਸ਼ ਗੁਪਤਾ ਸਰ ਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਰ ਜੀ, ਜਿਵੇਂ ਬੱਚਿਆਂ ਦਾ ਮੋਸਟ ਆਫ ਕੁਐਸਚਨ ਰਹਿੰਦਾ ਗੈਪ ਨੂੰ ਲੈ ਕੇ ਆਫਟਰ ਪਲੱਸ ਟੂ, ਅਤੇ ਮੈਕਸੀਮਮ ਕਿੰਨਾ ਗੈਪ ਐਕਸੈਪਟੇਬਲ ਹੈ ਆਫਟਰ ਪਲੱਸ ਟੂ? ਦੇਖੋ, ਅਗਰ ਬੱਚੇ ਨੇ ਪਲੱਸ ਟੂ ਕੀਤੀ ਹੈ ਤਾਂ ਲਾਈਕ ਮੈਕਸੀਮਮ ਗੈਪ ਆਪਾਂ ਕਹਿੰਦੇ ਵੀ 3 ਸਾਲ ਤੱਕ ਦਾ ਚੱਲ ਸਕਦਾ ਵੀ ਅੱਜ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਅਗਰ ਆਪਾਂ ਗੱਲ ਕਰੀਏ, ਕਿਉਂਕਿ ਆਪਾਂ ਮਾਰਚ ਤੋਂ ਲੈ ਕੇ ਹੁਣ ਤੱਕ ਤਾਂ ਆਪਾਂ ਚਲੋ ਕਰੋਨਾ ਵਾਇਰਸ ਦੇ ਚੱਕਰ 'ਚ ਆਪਾਂ ਚਲੋ ਉਹਨੂੰ ਥੋੜ੍ਹਾ ਜਿਹਾ ਅਵੋਇਡ ਕਰ ਸਕਦੇ ਹਾਂ ਵੀ ਠੀਕ ਹੈ ਜੀ, ਬੱਚਾ ਕਹਿ ਸਕਦਾ ਵੀ ਮੈਂ ਕੁਛ ਨਹੀਂ ਕੀਤਾ। ਬਟ 17 ਤੋਂ ਲੈ ਕੇ ਜਿਹੜਾ 19 ਤੱਕ ਦਾ ਹੈਗਾ, ਜਿਵੇਂ 2 ਸਾਲਾਂ ਦਾ ਬੱਚੇ ਨੂੰ ਥੋੜ੍ਹਾ ਜਿਹਾ ਦਿਖਾਉਣਾ ਪਏਗਾ ਕੁਛ ਨਾ ਕੁਛ ਵੀ। ਅਗਰ ਆਪਾਂ ਫਿਰ ਵੀ ਵੀਜ਼ਾ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਵੀ ਅਗਰ ਫੋਰ ਐਗਜ਼ਾਮਪਲ ਵੀ ਤੁਸੀਂ 2017 'ਚ ਪਲੱਸ ਟੂ ਕੀਤੀ ਹੈ ਅਤੇ ਉਸ ਤੋਂ ਬਾਅਦ ਤੁਹਾਡਾ ਗੈਪ ਹੈਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਕੰਡੀਸ਼ਨਸ ਇਹ ਰਹਿਣਗੀਆਂ ਵੀ 60% ਤੁਹਾਡੇ ਨੰਬਰ ਹੋਣੇ ਚਾਹੀਦੇ ਆ ਓਵਰਆਲ, ਅਤੇ ਤੁਹਾਡਾ ਬੋਰਡ ਜਿਹੜਾ ਹੈਗਾ ਵੀ ਸਟੇਟ ਬੋਰਡ ਹੋਏ ਜਾਂ CBSE ਬੋਰਡ ਹੋਏ ਅਸੈਪਟੇਬਲ ਹੈਗਾ, ਅਤੇ ਜਿਹੜਾ ਤੁਹਾਡੀ ਪਰਸੈਂਟੇਜ 60% ਜਿਵੇਂ ਮੈਂ ਤੁਹਾਨੂੰ ਦੱਸਿਆ, ਅਤੇ ਜਿਹੜੇ 3 ਸਾਲ ਦੇ ਵਿੱਚ 1 ਸਾਲ ਨੂੰ ਆਪਾਂ ਛੱਡ ਕੇ 2 ਸਾਲ ਦਾ ਆਪਾਂ ਨੂੰ ਕੁਛ ਨਾ ਕੁਛ ਦਿਖਾਉਣਾ ਪਏਗਾ। ਉਹ ਜਦੋਂ ਤੁਸੀਂ ਆਉਂਗੇ, ਤੁਸੀਂ ਵਿਜ਼ਿਟ ਕਰੋਗੇ, ਅਸੀਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਕਿਹੜੇ ਕਿਹੜੇ ਡਾਕੂਮੈਂਟਸ ਆਪਾਂ ਦਿਖਾ ਸਕਦੇ ਹਾਂ ਜਿਹਦੇ ਨਾਲ ਵੀ ਆਪਣਾ ਗੈਪ ਕਵਰ ਹੋ ਜਾਂਦਾ ਹੈ। ਅਤੇ ਬਾਕੀ ਜਿਹੜੇ ਬੱਚਿਆਂ ਨੇ ਜਿਵੇਂ ਕੋਈ ਫਸਟ ਈਅਰ ਸੈਕਿੰਡ ਈਅਰ ਕੱਢ ਕੇ ਵਿੱਚ ਛੱਡਤੀ ਆ, ਉਹ ਵੀ ਅਸੈਪਟੇਬਲ ਹੈਗਾ। ਅਗਰ ਕਿਸੇ ਨੇ ਐਂਟਰੈਂਸ ਟੈਸਟ ਦੀ ਤਿਆਰੀ ਕੀਤੀ ਹੈ ਜਿਵੇਂ JEE ਦੀ ਤਿਆਰੀ ਕਰਦੀ ਜਾਂ ਮੈਡੀਕਲ ਦੀ ਕੋਈ ਤਿਆਰੀ ਕੀਤੀ ਹੈ ਵੀ 1 ਜਾਂ 2 ਸਾਲ ਵੀ ਬੱਚੇ ਨੇ ਟੈਸਟ ਦਿੱਤੇ ਨੇ, ਪਾਸ ਨਹੀਂ ਹੋਇਆ ਬੱਚਾ, ਉਹ ਵੀ ਅਸੈਪਟੇਬਲ ਹੈ ਇਹਦੇ ਵਿੱਚ, ਉਹ ਵੀ ਦਿਖਾ ਸਕਦੇ ਨੇ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ। ਅਤੇ ਜਿਹੜੇ ਬੱਚਿਆਂ ਨੇ ਕੁਛ ਵੀ ਨਹੀਂ ਕੀਤਾ, ਸਿਰਫ IELTS ਕਰਦੇ ਰਹੇ ਜਾਂ ਬਾਹਰ ਜਾਣ ਦੇ ਚੱਕਰ 'ਚ ਜਾਂ ਫਿਰ ਵੈਸੇ ਵੀ ਇੱਕ ਐਡਮਿਸ਼ਨ ਲੈ ਕੇ ਵਿੱਚ ਹੀ ਛੱਡਤੀ ਵੀ ਕੋਈ 1 ਸਮੈਸਟਰ ਵੀ ਨਹੀਂ ਬੱਚੇ ਨੇ ਕੀਤਾ ਹੈਗਾ, ਅਤੇ ਐਸੇ ਬੱਚੇ ਫਿਰ ਕੁਛ ਨਾ ਕੁਛ ਦਿਖਾਉਣਾ ਜ਼ਰੂਰੀ ਹੈਗਾ। ਅਤੇ ਉਹਦੇ ਵਾਸਤੇ ਸਾਡੇ ਕੋਲ ਕੁਛ ਆਪਸ਼ਨਸ ਹੈਗੀਆਂ, ਅਤੇ ਜਦ ਬੱਚਾ ਸਾਨੂੰ ਵਿਜ਼ਿਟ ਕਰਦਾ ਡਾਕੂਮੈਂਟਸ ਦੇ ਨਾਲ, ਅਤੇ ਕੇਸ ਟੂ ਕੇਸ, ਕੇਸ ਬਾਈ ਕੇਸ ਵੀ ਕਿਹੜੇ ਸਬਜੈਕਟ 'ਚ ਉਹਨੇ ਪਲੱਸ ਟੂ ਕੀਤੀ ਹੈ, ਕਿਹੜਾ ਕੋਰਸ ਅੱਗੇ ਕਰਨ ਜਾ ਰਿਹਾ, ਕਿੰਨੀ ਪਰਸੈਂਟੇਜ ਹੈ, ਉਹਦੇ ਅਕੋਰਡਿੰਗਲੀ ਅਸੀਂ ਉਹਨੂੰ ਬੱਚੇ ਨੂੰ ਗਾਈਡ ਕਰਦੇ ਹਾਂ ਵੀ ਕੀ ਸ਼ੋਅ ਕੀਤਾ ਜਾ ਸਕਦਾ ਇਹਦੇ ਵਿੱਚ। ਸਰ, ਜਿਨ੍ਹਾਂ ਬੱਚਿਆਂ ਦਾ GNM ਤੋਂ ਬਾਅਦ ਗੈਪ ਹੁੰਦਾ, ਡਿਪਲੋਮਾ ਕੀਤਾ ਹੁੰਦਾ, ਜਿਨ੍ਹਾਂ ਬੱਚਿਆਂ ਨੇ ਇੰਜੀਨੀਅਰਿੰਗ ਕੀਤੀ ਹੁੰਦੀ ਹੈ, ਅਤੇ ਉਹਨਾਂ ਦਾ ਕਿੰਨਾ ਕੁ ਗੈਪ ਐਕਸੈਪਟੇਬਲ ਹੁੰਦਾ ਹੈ? ਦੇਖੋ, ਜਿਹੜੇ ਬੱਚੇ GNM ਕੀਤੀ ਹੈ ਵੀ ਇਹ ਡਿਪਲੋਮਾ ਮੰਨਿਆ ਜਾਂਦਾ ਵੀ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਦਾ ਡਿਪਲੋਮਾ ਹੈਗਾ, ਅਤੇ ਇਹਦੇ ਇਸ ਤੋਂ ਬਾਅਦ ਅਗਰ ਮੈਂ ਕਹਿੰਦਾ ਵੀ 5 ਤੋਂ 7 ਸਾਲ ਦਾ ਵੀ ਗੈਪ ਹੈ, ਅਸੈਪਟੇਬਲ ਹੈ, ਕੋਈ ਖਾਸ ਪ੍ਰੋਬਲਮ ਨਹੀਂ ਹੈਗੀ। ਬਟ ਵੀ ਇਹਦੇ ਵਿੱਚ ਜਿਹੜੇ ਬੈਂਡਸ ਹੈਗੇ ਨੇ ਬੱਚੇ ਦੇ 6 ਈਚ ਅਗਰ ਹੋਣ ਤਾਂ ਜ਼ਿਆਦਾ ਅੱਛੀ ਗੱਲ ਹੈ। ਅਗਰ ਦੇਖੋ, ਬੈਂਡ ਅਤੇ ਗੈਪ ਦਾ ਇੱਕ ਰਿਲੇਸ਼ਨ ਹੈਗਾ ਵੀ ਅਗਰ ਘੱਟ ਗੈਪ ਹੈਗਾ ਤਾਂ ਤੁਹਾਡੇ ਘੱਟ ਬੈਂਡ ਹੈ ਚੱਲ ਜਾਣਗੇ, 6 ਬੈਂਡ ਹੈ, 1 'ਚ 5.5, 2 'ਚ 5.5 ਹੈ ਚੱਲ ਜਾਣਗੇ। ਅਗਰ ਤੁਹਾਡਾ ਗੈਪ ਜ਼ਿਆਦਾ ਹੈਗਾ, ਫੋਰ ਐਗਜ਼ਾਮਪਲ 5 ਸਾਲ ਤੋਂ ਉੱਪਰ ਦਾ ਗੈਪ ਆ ਗਿਆ, ਫਿਰ ਤੁਸੀਂ ਇਹ ਸੋਚ ਕੇ ਜਦੋਂ ਵੀ ਜਿਹੜਾ ਤੁਹਾਡਾ ਬੈਂਡ ਹੈਗੇ ਨੇ ਵੀ 6 ਈਚ 'ਤੇ ਤੁਸੀਂ ਅਪਲਾਈ ਕਰੋ ਤਾਂ ਕੇਸ ਸਟਰੋਂਗ ਬਣਦਾ ਹੈਗਾ। ਅਤੇ ਜਿਹੜਾ ਜਿਵੇਂ ਡਿਪਲੋਮਾ ਕਿਸੇ ਨੇ ਕੀਤਾ, ਜਿਵੇਂ ਫੋਰ ਐਗਜ਼ਾਮਪਲ ਮਕੈਨੀਕਲ ਦਾ ਵਿੱਚ ਡਿਪਲੋਮਾ ਕੀਤਾ, ਅਤੇ ਉਹ ਦਿਖਾ ਸਕਦਾ ਬੱਚਾ ਵੀ ਮੈਂ ਮਕੈਨੀਕਲ ਫੀਲਡ ਦੇ ਵਿੱਚ ਜੋਬ ਕਰ ਰਿਹਾ, ਅਤੇ ਇਹਦੇ ਵਿੱਚ ਜੋਬ ਅਸੈਪਟੇਬਲ ਹੈ। ਪਲੱਸ ਟੂ ਤੋਂ ਬਾਅਦ ਅਗਰ ਤੁਸੀਂ ਜੋਬ ਦਿਖਾਉਂਦੇ ਹੋ ਅਸੈਪਟੇਬਲ ਨਹੀਂ ਹੈਗੀ, ਅਗਰ ਲੇਕਿਨ ਡਿਪਲੋਮੇ ਤੋਂ ਬਾਅਦ ਤੁਸੀਂ ਜੋਬ ਦਿਖਾਉਂਦੇ ਹੋ ਤਾਂ ਅਸੈਪਟੇਬਲ ਹੈਗੀ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਆਮ ਤੌਰ 'ਤੇ ਬੱਚੇ GNM ਕਰਦੇ ਨੇ ਜਾਂ ਇੰਜੀਨੀਅਰਿੰਗ ਦਾ ਡਿਪਲੋਮਾ, ਜਿਵੇਂ ਜਿਹੜਾ ਗਵਰਨਮੈਂਟ ਦਾ ਡਿਪਲੋਮਾ ਆਪਾਂ ਗੱਲ ਕਰ ਰਹੇ ਹਾਂ ਵੀ ਉਹ ਕਰਦੇ ਨੇ, ਉਸ ਤੋਂ ਬਾਅਦ ਬੱਚੇ ਨੈਚੁਰਲੀ ਗੱਲ ਦੇ ਜੋਬਸ ਕਰਦੇ ਨੇ ਵੀ ਇੰਜੀਨੀਅਰਿੰਗ ਦੀ ਜੋਬਸ ਕਰ ਲਈਆਂ ਜਾਂ ਜਿਵੇਂ ਸਟਾਫ ਨਰਸ ਦੀ ਬੱਚੇ ਜੋਬ ਕਰ ਦਿੰਦੇ ਨੇ, ਅਤੇ ਐਸੀ ਜੋਬਸ ਜਿਹੜੀਆਂ ਅਗਰ ਬੱਚਾ ਕਰਦਾ ਤਾਂ 100% ਅਸੈਪਟੇਬਲ ਹੈਗਾ ਗੈਪ ਦੇ ਲਈ। ਅਤੇ ਗੈਪ ਦੇ ਵਿੱਚ ਇਹਦੇ ਵਿੱਚ ਇਹ ਵੀ ਗੱਲ ਮੈਂ ਕਹਿਣਾ ਚਾਹੂੰਗਾ ਵੀ ਅਗਰ ਕਿਸੇ ਨੂੰ ਕੈਸ਼ ਇਨ ਹੈਂਡ ਸੈਲਰੀ ਮਿਲਦੀ ਹੈ ਉਹ ਵੀ ਅਸੈਪਟੇਬਲ ਹੈਗੀ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਕੋਈ ਤੁਹਾਨੂੰ ਬੇਸ਼ੱਕ 7 ਸਾਲਾਂ ਦੇ ਵਿੱਚ ਹਰ ਵਾਰੀ ਤੁਹਾਨੂੰ 7 ਸਾਲ ਤੁਹਾਨੂੰ ਕੈਸ਼ ਇਨ ਹੈਂਡ ਸੈਲਰੀ ਮਿਲਦੀ ਹੈ, ਬਿਲਕੁਲ ਅਸੈਪਟੇਬਲ ਹੈ ਜੀ। ਅਸੀਂ ਤੁਹਾਨੂੰ ਦੱਸਾਂਗੇ ਇਹਦੇ ਨਾਲ ਕਿਹੜੇ ਕਿਹੜੇ ਡਾਕੂਮੈਂਟਸ ਤੁਸੀਂ ਲਗਾ ਕੇ ਨਾਲ, ਅਤੇ ਉਹਦੇ ਨਾਲ ਤੁਸੀਂ ਆਪਦਾ ਜਿਹੜਾ ਕੇਸ ਨੂੰ, ਗੈਪ ਨੂੰ ਜਿਹੜਾ ਹੈਗਾ ਜਸਟੀਫਾਈ ਕਰਕੇ ਉਹਨੂੰ ਸਟਰੋਂਗ ਜ਼ਿਆਦਾ ਕਰ ਸਕਦੇ ਹੋ ਵੀ ਉਹ ਕੁਝ ਡਾਕੂਮੈਂਟਸ ਅਸੀਂ ਐਡੀਸ਼ਨਲ ਡਾਕੂਮੈਂਟਸ ਨਾਲ ਲਗਾਉਂਦੇ ਹਾਂ ਜਦੋਂ ਫਾਈਜ਼ ਅੰਬੈਸੀ 'ਚ ਲਗਾਉਣੀ ਹੈ ਜਾਂ ਯੂਨੀਵਰਸਿਟੀ 'ਚ ਐਡਮਿਸ਼ਨ ਪਾਉਂਦੇ ਹਾਂ, ਅਤੇ ਉਹਦੇ ਨਾਲ ਥੋੜ੍ਹਾ ਜਿਹਾ ਇੱਕ ਸਟਰੋਂਗ ਹੋ ਜਾਂਦਾ ਤੁਹਾਡਾ ਗੈਪ ਦਾ ਐਵੀਡੈਂਸ, ਵੱਧ ਜਾਂਦੇ ਨੇ ਅਤੇ ਜਿਹਦੇ ਨਾਲ ਈਜ਼ੀ ਹੋ ਜਾਂਦਾ ਜਿਹੜਾ ਵੀਜ਼ਾ ਦੇਣਾ। ਸਰ, ਜਿਨ੍ਹਾਂ ਬੱਚਿਆਂ ਦਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਗੈਪ ਹੁੰਦਾ, ਮਾਸਟਰਸ ਕਰਨ ਤੋਂ ਬਾਅਦ ਗੈਪ ਹੁੰਦਾ, ਉਹਨਾਂ ਨੂੰ ਕਿੰਨੇ ਬੈਂਡ ਦੀ ਰਿਕੁਆਇਰਮੈਂਟ ਹੁੰਦੀ ਹੈ ਅਤੇ IELTS 'ਚ ਕਿੰਨੇ ਬੈਂਡ ਸਕੋਰ ਚਾਹੀਦੇ ਉਹਨਾਂ ਨੂੰ? ਦੇਖੋ, ਜਿਨ੍ਹਾਂ ਦੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਫੋਰ ਐਗਜ਼ਾਮਪਲ ਜਾਂ ਮਾਸਟਰਸ ਕੀਤੀ ਹੋਈ ਹੈ, ਅਤੇ ਇਹਦੇ ਵਿੱਚ ਅਸੀਂ 10 ਸਾਲ ਦਾ ਵੀ ਗੈਪ ਅਸੈਪਟ ਕਰ ਦਿੰਦੇ ਹਾਂ ਗ੍ਰੈਜੂਏਸ਼ਨ ਤੋਂ ਬਾਅਦ, ਵੀ ਥੋੜ੍ਹਾ ਜਿਹਾ ਸਾਡੀ ਇਹ ਰਿਕੁਆਇਰਮੈਂਟ ਰਹਿੰਦੀ ਵੀ ਪਰਸੈਂਟੇਜ 60% ਤੋਂ ਵੱਧ ਹੋਏ ਅਗਰ ਗੈਪ ਜ਼ਿਆਦਾ ਹੈਗਾ, ਅਤੇ ਬੈਂਡ 6.5 ਬੈਂਡ ਹੋਣ, 6 ਤੋਂ ਘੱਟ ਨਾ ਹੋਣ। ਅਤੇ ਬਾਕੀ ਜਿਹੜਾ ਗੈਪ ਹੈਗਾ ਜਿਵੇਂ ਕਿਸੇ ਨੇ BA ਕੀਤੀ ਹੈ ਫੋਰ ਐਗਜ਼ਾਮਪਲ, ਉਸ ਤੋਂ ਬਾਅਦ ਜੀ ਉਹ ਜਿਵੇਂ ਦਿਖਾ ਸਕਦੇ ਨੇ ਵੀ ਫੈਮਿਲੀ ਬਿਜ਼ਨਸ ਦਿਖਾਉਂਦੇ ਜਾਂ ਕਿਤੇ ਜੋਬ ਦਿਖਾਉਂਦੇ ਨੇ, ਕੈਸ਼ ਇਨ ਹੈਂਡ ਸੈਲਰੀ ਮਿਲਦੀ ਹੈ, ਅਸੈਪਟੇਬਲ ਹੈ, ਵੀ ਉਹੀ ਗੱਲ ਆ ਗਈ ਵੀ ਜਿੰਨਾ ਜ਼ਿਆਦਾ ਗੈਪ
ਜਿੰਨਾ ਘੱਟ ਗੈਪ ਹੈ ਉਹ ਉਨੇ ਹੀ ਘੱਟ ਬੈਂਡ ਨਾਲ ਚੱਲ ਜਾਂਦਾ ਵੀ ਘੱਟ ਬੈਂਡ ਨੂੰ ਮੈਂ ਕਹਿ ਦੂੰਗਾ ਵੀ 6 ਬੈਂਡ ਓਵਰ ਆ 5.5 ਤੋਂ ਘੱਟ ਨਾ ਹੋਣ ਵੱਧ ਬੈਂਡ ਨੂੰ ਮੈਂ ਕਹੂੰਗਾ ਵੀ 6.5 ਬੈਂਡ ਹੋਣ 6 ਤੋਂ ਘੱਟ ਨਾ ਹੋਣ ਜਿਵੇਂ ਫੋਰ ਐਗਜ਼ਾਮਪਲ ਕਿਸੇ ਨੇ ਗ੍ਰੈਜੂਏਸ਼ਨ ਕੀਤੀ 1-2 ਸਾਲ ਦਾ ਗੈਪ ਹੈ 6 ਬੈਂਡ ਹੋਣ 5.5 ਤੋਂ ਘੱਟ ਨਾ ਹੋਣ ਐਲੀ ਕੋਰਸ ਦੇ ਨਾਲ ਫੈਲ ਜਾਏਗਾ ਉਹ ਵੀ ਆ ਜਾਏਗਾ ਬਟ ਜਿੰਨਾ ਗੈਪ ਵੱਧ ਜਾਂਦਾ ਫਿਰ ਆਪਾਂ ਅਵੋਇਡ ਕਰਦੇ ਵੀ ਐਲੀ ਕੋਰਸ ਨਾ ਲਗਾਉਣਾ ਪਏ ਫਿਰ ਤੁਹਾਡੀ ਡਾਇਰੈਕਟ ਮਾਸਟਰਸ ਐਲੀਜੀਬਿਲਟੀ ਬਣਨੀ ਚਾਹੀਦੀ ਜਾਂ ਜਿਹੜੀ 6 ਈਚ ਨਾਲ ਬਣੇਗੀ ਜਾਂ 6.5 ਬੈਂਡ ਓਵਰਆਲ ਅਤੇ 6 ਤੋਂ ਘੱਟ ਨਹੀਂ ਹੋਣੇ ਚਾਹੀਦੇ ਇਹਦੇ ਨਾਲ ਬਣੇਗੀ ਬਾਕੀ ਦੇਖੋ ਕੈਸ਼ ਇਨ ਹੈਂਡ ਸੈਲਰੀ ਨਾਲ ਆਰਾਮ ਨਾਲ ਵੀਜ਼ੇ ਆਉਂਦੇ ਨੇ ਤੁਸੀਂ ਪਿਛਲੇ ਹਫ਼ਤੇ ਦੇ ਤੁਹਾਨੂੰ ਵੀਜ਼ੇ ਦਿਖਾ ਦਾਂਗੇ ਅਸੀਂ ਜਿਹਦੇ ਵਿੱਚ ਕੈਸ਼ ਇਨ ਹੈਂਡ ਵੀ 5 ਸਾਲ ਦੀ ਕੈਸ਼ ਇਨ ਹੈਂਡ ਸੈਲਰੀ ਬੱਚੇ ਨੂੰ ਮਿਲੀ ਦੇ ਵਿੱਚ ਇਹਦਾ ਵੀਜ਼ਾ ਗ੍ਰਾਂਟ ਹੋਇਆ ਇਸ ਕਰਕੇ ਉਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਸਾਡੇ ਕੋਲ ਹੋਰ ਕਾਫੀ ਡਾਕੂਮੈਂਟੇਸ਼ਨ ਅਸੀਂ ਸਪੋਰਟਿੰਗ ਲਗਾ ਦਿੰਦੇ ਹਾਂ ਜਿੱਦਾਂ ਕਿ ਸਟਰੋਂਗ ਹੋ ਜਾਂਦਾ ਤੁਹਾਡਾ ਅਤੇ ਬਾਕੀ ਜਿਵੇਂ ਪਰਸੈਂਟੇਜ ਆਪਾਂ ਇਹ ਗੱਲ ਕਰਕੇ ਚੱਲਦੇ ਵੀ ਜ਼ਿਆਦਾ ਗੈਪ ਦੇ ਨਾਲ ਜ਼ਿਆਦਾ ਪਰਸੈਂਟੇਜ ਹੋਏ ਜਿਹਨੂੰ 60% ਤੋਂ ਵੱਧ ਹੋਣ ਤਾਂ ਬਹੁਤ ਅੱਛੀ ਗੱਲ ਹੈ 65 ਤੋਂ ਜ਼ਿਆਦਾ ਹੋਏ ਤਾਂ ਬਹੁਤ ਹੀ ਜ਼ਿਆਦਾ ਅੱਛੀ ਗੱਲ ਹੈ ਵੀ ਜ਼ਿਆਦਾਤਰ ਜੋ ਟੋਪ ਲੈਵਲ ਦੇ ਯੂਨੀਵਰਸਿਟੀਆਂ ਵੀ ਮੈਂ ਕਹਿੰਦਾ 65% ਤੋਂ ਉੱਪਰ ਨੂੰ ਤਾਂ ਹਰ ਕਿਸੇ ਨੂੰ ਅਸੈਪਟ ਕਰ ਲੈਣਗੀਆਂ ਵਿਸ਼ੇ ਬੈਂਡ ਘੱਟ ਹੈ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਤਾਂ ਐਲੀ ਕੋਰਸ ਲਗਾ ਦਿੰਦੀਆਂ ਕੋਈ ਐਸੀ ਗੱਲ ਨਹੀਂ ਵੀ ਜਿਨ੍ਹਾਂ ਦੇ 65% ਗ੍ਰੈਜੂਏਸ਼ਨ 'ਚ ਨੰਬਰ ਹੈਗੇ ਨੇ ਫੋਰ ਐਗਜ਼ਾਮਪਲ ਉਹ ਤਾਂ ਮੈਨੂੰ ਤੁਸੀਂ 10 ਸਾਲ ਕਿਹਾ ਤੁਸੀਂ 12 ਸਾਲ 15 ਸਾਲ ਦਾ ਵੀ ਗੈਪ ਲਿਆਓ ਮੈਂ ਤੁਹਾਡਾ ਕੇਸ ਕਢਾ ਦੂੰਗਾ ਵੀ ਪਰਸੈਂਟੇਜ ਜ਼ਿਆਦਾ ਯੂਨੀਵਰਸਿਟੀ ਵਧੀਆ ਮਿਲ ਜਾਏਗੀ ਬੈਂਡ ਅਗਰ ਤੁਹਾਡੇ ਜਿਵੇਂ 6.5 ਆ 6 ਤੋਂ ਘੱਟ ਨਹੀਂ ਬਹੁਤ ਹੀ ਵਧੀਆ ਗੱਲ ਹੈ ਅਗਰ 6 ਈਚ ਵੀ ਹੈਗਾ ਜਾਂ ਕਿਸੇ 'ਚ 5.5 ਵੀ ਰਹਿ ਗਏ ਤਾਂ ਵੀ ਐਜੀ ਕੋਰਸ ਦੇ ਨਾਲ ਵੀ ਫਾਇਦਾ ਲਗਾ ਕੇ ਵੀਜ਼ਾ ਲੈ ਦਾਂਗੇ ਬਟ ਜਿਹੜੀਆਂ ਵਧੀਆ ਯੂਨੀਵਰਸਿਟੀਆਂ ਜਿਹੜੀਆਂ ਟੋਪ ਲੈਵਲ ਦੀ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਉਹ ਮੰਗਦੀਆਂ ਵਧੀਆ ਪਰਸੈਂਟੇਜ ਵੀ ਪਰਸੈਂਟੇਜ ਇੱਕ ਬਹੁਤ ਵੱਡੀ ਕੀ ਹੈ ਬੇਸ਼ੱਕ ਤੁਸੀਂ BA ਕੀਤੀ ਹੈ ਤਾਂ ਵੀ ਕੋਈ ਦਿੱਕਤ ਨਹੀਂ BTEC ਕੀਤੀ ਹੈ BSc ਕੀਤੀ ਹੈ BCOM ਕੀਤੀ ਹੈ BBA ਕੀਤੀ ਕੁਛ ਵੀ ਕੀਤਾ ਕੋਈ ਫਰਕ ਨਹੀਂ ਪੈਂਦਾ ਹੈਗਾ ਬਟ ਪਰਸੈਂਟੇਜ ਜਿਹੜੀ ਹੈਗੀ ਹੈ ਕੀ ਆ ਜਾਂਦੀ ਹੈ ਵੀ ਜਦ ਯੂਨੀਵਰਸਿਟੀਆਂ ਵਧੀਆ ਲੈਵਲ ਦੀਆਂ ਆਉਂਦੀਆਂ ਕਿਉਂਕਿ ਉਹਨਾਂ ਕੋਲ ਘੱਟ ਐਪਲੀਕੇਸ਼ਨਾਂ ਜਾਂਦੀਆਂ ਫਿਰ ਉਹ ਅਸੈਪਟ ਕਰ ਦਿੰਦੇ ਵੀ ਜ਼ਿਆਦਾਤਰ ਬੱਚਿਆਂ ਨੂੰ ਵੀ ਕੈਸ਼ ਇਨ ਹੈਂਡ ਸੈਲਰੀ 'ਚ ਵੀ ਅਸੈਪਟ ਕਰ ਦਿੰਦੇ ਨੇ ਨਵੀਂ ਮੈਰਿਜ 'ਚ ਵੀ ਅਸੈਪਟ ਕਰ ਦਿੰਦੇ ਨੇ ਵੀ ਇਹਦੇ ਨਾਲ ਸਾਨੂੰ ਈਜ਼ੀ ਹੋ ਜਾਂਦਾ ਵੀ ਕੇਸ ਨੂੰ ਅਪਲਾਈ ਕਰਨਾ ਵੀ ਅਗਰ ਪਰਸੈਂਟੇਜ ਤੁਹਾਡੀ ਘੱਟ ਹੈਗੀ ਹੈ ਗੈਪ ਵੀ ਜ਼ਿਆਦਾ ਹੈਗਾ ਬੈਂਡ ਵੀ ਘੱਟ ਨੇ ਤਾਂ ਕਿਤੇ ਨਾ ਕਿਤੇ ਕੇਸ ਕਮਜ਼ੋਰ ਬਣੇਗਾ ਅਤੇ ਉਹਦੇ ਵਿੱਚ ਅਪਲਾਈ ਕਰਨ 'ਤੇ ਕੋਈ ਇੰਨਾ ਜ਼ਿਆਦਾ ਵਧੀਆ ਨਹੀਂ ਰਹੇਗਾ ਕੇਸ ਵੀ ਅਗਰ ਤੁਹਾਡਾ ਜਿਵੇਂ ਗੈਪ 5-7 ਸਾਲ ਤੋਂ ਵੱਧ ਹੈ ਬਟ ਅਗਰ ਪਰਸੈਂਟੇਜ ਤੁਹਾਡੀ 65% ਹੈ ਜਾਂ ਉਸ ਤੋਂ ਵੱਧ ਹੈ ਗੈਪ ਤੁਹਾਡਾ 10-12-14-15 ਸਾਲ ਦਾ ਵੀ ਗੈਪ ਹੈਗਾ ਹੈ ਬੈਂਡ ਵੀ ਅਗਰ 6 ਈਚ ਵੀ ਹੈਗੇ ਜਾਂ ਵੀ ਕਿਤੇ 5.5 ਤਾਂ ਵੀ ਕੋਈ ਦਿੱਕਤ ਨਹੀਂ ਅਜੀ ਕੋਰਸ ਨਾਲ ਤੁਹਾਡਾ ਵੀਜ਼ਾ ਲਗਾ ਦਾਂਗੇ ਸਰ ਕਈ ਬੱਚਿਆਂ ਦਾ ਇਹ ਸਵਾਲ ਹੁੰਦਾ ਕਿ 10th ਦੇ ਵਿੱਚ ਉਹਨਾਂ ਦੇ ਗੈਪ ਹੁੰਦਾ ਆਫਟਰ 10th ਕਰਨ ਤੋਂ ਬਾਅਦ 10th ਔਰ +2 ਦੇ ਬਿਟਵੀਨ ਗੈਪ ਹੁੰਦਾ ਅਤੇ ਉਹ ਕਿਵੇਂ ਐਕਸੈਪਟੇਬਲ ਨੇ ਪ੍ਰੋਫਾਈਲਸ ਦੇਖੋ ਕਾਫੀ ਜਿਹੜੇ ਜ਼ਿਆਦਾ ਕੁਆਂਟਿਟੀ ਸਾਡੇ ਕੋਲ ਆਉਂਦੀ ਹੈ ਬੱਚਿਆਂ ਦੀ ਉਹ ਆਉਂਦੀ ਹੈ ਵੀ 10th ਅਤੇ +2 'ਚ ਅਦਰਵਾਈਜ਼ 2 ਸਾਲ ਦਾ ਗੈਪ ਹੁੰਦਾ ਉਹਨਾਂ 'ਚ 3 ਸਾਲ ਦਾ ਆਉਂਦਾ ਹੈ ਜ਼ਿਆਦਾਤਰ ਬੱਚਿਆਂ ਨੇ ਇੰਪਰੂਵਮੈਂਟ ਕੀਤੀ ਹੁੰਦੀ ਹੈ ਜਾਂ ਫਿਰ ਬੱਚੇ ਫੇਲ ਹੋ ਜਾਂਦੇ ਨੇ ਜਿਵੇਂ 12th 'ਚ ਫੇਲ ਹੋ ਗਏ ਉਹ ਇੰਪਰੂਵਮੈਂਟ ਕਰਦੇ ਨੇ ਜਾਂ ਫਿਰ ਕਈ ਸਰਕਮਸਟਾਂਸਿਸ ਐਸੇ ਵੀ ਹੁੰਦੇ ਨੇ ਜਿਹਦੇ ਵਿੱਚ ਬੱਚਾ ਬਿਮਾਰ ਹੋ ਜਾਂਦਾ ਵੀ ਪੇਪਰ ਨਹੀਂ ਦੇ ਪਾਉਂਦਾ ਹੈਗਾ ਜਾਂ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਘਰ 'ਚ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਘਰ 'ਚ ਵੀ ਐਸੇ ਸਿਚੁਏਸ਼ਨ 'ਚ ਬਣ ਜਾਂਦਾ ਵੀ ਜ਼ਿਆਦਾਤਰ ਬੱਚਾ 2 ਦੀ ਜਗ੍ਹਾ 3 ਸਾਲ ਦਾ ਗੈਪ ਹੁੰਦਾ ਵੀ ਇਹ ਜ਼ਿਆਦਾਤਰ ਯੂਨੀਵਰਸਿਟੀਆਂ ਅਸੈਪਟ ਕਰ ਦਿੰਦੀਆਂ ਵੀ ਬਹੁਤ ਵੱਡਾ ਮੈਟਰ ਨਹੀਂ ਹੈਗਾ ਅਤੇ ਇਹਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਹੈਗਾ ਵੀ ਮੈਂ ਮੈਕਸੀਮਮ ਦੀ ਗੱਲ ਕਰ ਰਿਹਾ ਅਸੀਂ ਰੀਸੈਂਟਲੀ ਵੀਜ਼ਾ ਦਿੱਤਾ ਸੀਗਾ ਜੀ ਅਗਸਤ ਦਾ ਹੀ ਵੀਜ਼ਾ ਹੈਗਾ ਇਹਦੇ ਵਿੱਚ 2012 'ਚ ਬੱਚੇ ਦੀ 10th ਸੀਗੀ ਅਤੇ 2019 'ਚ ਬੱਚੇ ਦੀ +2 ਸੀਗੀ ਅਤੇ ਬੱਚੇ ਦਾ ਅਸੀਂ ਵੀਜ਼ਾ ਲੈ ਕੇ ਦਿੱਤਾ ਵੀ ਤੁਸੀਂ 7 ਸਾਲ ਦੇ ਗੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਵੀਜ਼ਾ ਬੱਚੇ ਦਾ ਆਇਆ ਅਤੇ ਆਮ ਤੌਰ 'ਤੇ 2 ਸਾਲ ਦਾ ਹੁੰਦਾ ਜੇ 7 ਸਾਲ ਦਾ ਯਾਨੀ ਕਿ 5 ਸਾਲ ਦਾ ਐਕਸਟਰਾ ਗੈਪ 'ਚ ਬੱਚੇ ਦਾ ਵੀਜ਼ਾ ਗ੍ਰਾਂਟ ਹੋਇਆ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਸ ਉਹੀ ਗੱਲ ਆ ਗਈ ਵੀ ਘੁੰਮ ਫਿਰ ਕੇ ਵੀ ਬੈਂਡ ਤੁਹਾਡੇ 6 ਬੈਂਡ ਹੋਣ 5.5 ਤੋਂ ਘੱਟ ਨਾ ਹੋਣ ਤੁਹਾਡੇ ਕੋਲ ਕੋਈ ਲੋਕੇਸ਼ਨ ਦੀ ਚੋਇਸ ਨਾ ਰੱਖੋ ਕੋਈ ਯੂਨੀਵਰਸਿਟੀ ਦੀ ਚੋਇਸ ਨਾ ਰੱਖੋ ਗੈਪ ਨੂੰ ਕਿਵੇਂ ਜਸਟੀਫਾਈ ਕਰਨਾ ਅਸੀਂ ਤੁਹਾਨੂੰ ਗਾਈਡ ਕਰਾਂਗੇ ਵੀ ਕਿਸ ਤਰੀਕੇ ਨਾਲ ਜੈਨੂਨ ਤਰੀਕੇ ਨਾਲ ਗੈਪ ਨੂੰ ਗਾਈਡ ਕਰਕੇ ਆਪਾਂ ਵੀਜ਼ਾ ਲੈ ਸਕਦੇ ਹਾਂ ਅਤੇ ਜਿਹੜਾ ਅਗਰ ਬਸ ਇਹਦੇ ਵਿੱਚ ਬੈਂਡ ਵਧੀਆ ਹੋਣੇ ਚਾਹੀਦੇ ਅਤੇ ਪਰਸੈਂਟੇਜ ਅਗਰ ਵਧੀਆ ਹੋਏ ਤਾਂ ਬਹੁਤ ਹੀ ਵਧੀਆ ਗੱਲ ਹੈਗੀ ਹੈ ਫਿਰ ਬੱਚੇ ਦੀ ਚੋਇਸਿਸ ਹੋਰ ਵੱਧ ਜਾਂਦੀ ਹੈ ਬਟ ਅਗਰ ਆਪਾਂ ਵੈਸੇ ਗੱਲ ਕਰੀਏ ਵੀ ਮੈਕਸੀਮਮ ਦੀ ਗੱਲ ਕਰੀਏ ਵੀ 7 ਸਾਲ ਦਾ ਵੀ 10ਵੀਂ ਤੋਂ ਬਾਅਦ ਅਗਰ 7 ਸਾਲ ਦਾ ਵੀ ਤੁਹਾਡਾ 12ਵੀਂ ਤੱਕ ਦਾ ਗੈਪ ਹੈ ਤਾਂ ਉਹਦਾ ਅਸੀਂ ਵੀਜ਼ਾ ਦਿੱਤੇ ਨੇ ਅਤੇ ਜਿਹੜੇ ਇਸੀ ਮਹੀਨੇ 'ਚ ਦਿੱਤੇ ਨੇ ਅਗਸਤ ਦੇ ਮਹੀਨੇ 'ਚ ਦਿੱਤੇ ਨੇ ਅਸੀਂ ਅਤੇ ਇਸ ਤੋਂ ਪਹਿਲਾਂ ਦੀ ਅਗਰ ਇਸ ਤੋਂ ਯਾਨੀ ਕਿ ਗੱਲ ਕਰੀਏ ਵੀ ਲੇਟੈਸਟ ਵੀਜ਼ਾ ਮੈਂ ਤੁਹਾਨੂੰ 7 ਸਾਲ ਦੇ ਗੈਪ ਦਾ ਦਿਖਾ ਸਕਦਾ ਜਿਹਦੇ ਵਿੱਚ 6 ਬੈਂਡ ਸੀ 5.5 ਤੋਂ ਘੱਟ ਨਹੀਂ ਸੀ ਪਰਸੈਂਟੇਜ ਵੀ ਬੱਚੇ ਦੀ ਬੇਸਿਕ ਜੀ ਪਰਸੈਂਟੇਜ ਸੀ ਪੰਜਾਬ ਬੋਰਡ 'ਚੋਂ ਆਰਟਸ ਦਾ ਬੱਚਾ ਸੀਗਾ ਜਿਹੜਾ +2 ਆਰਟਸ 'ਚ ਕੀਤੀ ਸੀਗੀ ਅਤੇ ਓਪਨ ਬੋਰਡ 'ਚੋਂ ਬੱਚੇ ਨੇ +2 ਕੀਤੀ ਹੋਈ ਹੈ ਅਤੇ ਅਗਰ ਮੈਂ ਇਸ ਟਾਈਪ ਦਾ ਤੁਹਾਨੂੰ ਵੀਜ਼ਾ ਔਨਲਾਈਨ ਚੈੱਕ ਕਰਵਾ ਸਕਦਾ ਜੀ ਬੱਚੇ ਦੇ ਡਾਕੂਮੈਂਟ ਚੈੱਕ ਕਰਾ ਸਕਦਾ ਬੱਚੇ ਦੇ ਬੈਂਡ ਚੈੱਕ ਕਰਾ ਸਕਦਾ ਬੱਚੇ ਦਾ ਵੀਜ਼ਾ ਗ੍ਰਾਂਟ ਚੈੱਕ ਕਰਾ ਸਕਦਾ ਹਰ ਚੀਜ਼ ਚੈੱਕ ਕਰਾ ਸਕਦਾ ਵੀ ਇਹ ਲੇਟੈਸਟ ਗੱਲ ਕਰ ਰਿਹਾ ਮੈਂ ਕੋਈ ਪੁਰਾਣੀ
ਪੁਰਾਣੀ ਗੱਲ ਕਰ ਰਿਹਾ, ਕੋਈ ਲੋਕਡਾਊਨ ਦੇ ਪਹਿਲਾਂ ਦੀ ਗੱਲ ਨਹੀਂ ਕਰ ਰਿਹਾ ਜਾਂ ਕੋਈ ਸਾਲ ਦੋ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਮੈਂ ਲੇਟੈਸਟ ਅਗਸਤ 2020 ਦੀ ਗੱਲ ਕਰ ਰਿਹਾ। ਇਸ ਕਰਕੇ ਇੰਨੇ ਤੱਕ ਦਾ ਗੈਪ ਸਾਡਾ ਐਕਸਪੀਰੀਅੰਸ ਹੈਗਾ ਜਾਣ ਦਾ। ਅਤੇ ਬਾਕੀ ਕੋਈ ਵੀ ਕੰਸਲਟੈਂਟ ਅਗਰ ਕਿਸੇ ਵੀ ਬੱਚੇ ਨੂੰ ਕਹਿੰਦਾ ਜੀ ਮੈਂ ਗੈਪ ਅਸੈਪਟ ਕਰਵਾ ਦੂੰਗਾ ਜਾਂ 10ਵੀਂ 12ਵੀਂ ਤੋਂ ਬਾਅਦ ਅਗਰ ਗੈਪ ਹੈਗਾ ਤਾਂ ਅਸੀਂ ਵੀਜ਼ਾ ਦਿੱਤੇ ਨੇ, ਜ਼ਰੂਰ ਅਤੇ ਜ਼ਰੂਰ ਚੈੱਕ ਕਰੋ, ਜ਼ਰੂਰ ਚੈੱਕ ਕਰੋ ਮੈਂ ਹੋਵਾਂ ਜਾਂ ਕੋਈ ਵੀ ਕੰਸਲਟੈਂਟ ਹੋਏ, ਡਾਕੂਮੈਂਟ ਚੈੱਕ ਕਰੋ ਬੱਚੇ ਦੇ, ਬੱਚੇ ਦਾ ਵੀਜ਼ਾ ਗ੍ਰਾਂਟ ਚੈੱਕ ਕਰੋ, ਪੂਰੀ ਫਾਈਲ ਚੈੱਕ ਕਰੋ ਅਤੇ ਫਿਰ ਵੀ ਯਕੀਨ ਕਰੋ। ਗੱਲਾਂ 'ਤੇ ਯਕੀਨ ਨਾ ਕਰੋ, ਨਾ ਸਾਡੀਆਂ ਗੱਲਾਂ 'ਤੇ ਯਕੀਨ ਕਰੋ, ਨਾ ਕਿਸੇ ਹੋਰ ਕੰਸਲਟੈਂਟ ਦੀ ਗੱਲਾਂ 'ਤੇ ਯਕੀਨ ਕਰੋ, ਕਿਉਂਕਿ ਗੱਲਾਂ ਮਾਰਨ ਨਾਲ ਵੀਜ਼ੇ ਨਹੀਂ ਆਉਂਦੇ, ਐਕਸਪੀਰੀਅੰਸ ਨਾਲ ਵੀਜ਼ੇ ਆਉਂਦੇ ਨੇ, ਕੰਮ ਕਰਨ ਨਾਲ ਵੀਜ਼ੇ ਆਉਂਦੇ ਨੇ। ਜਾਂ ਤੁਹਾਨੂੰ ਦਿਖਾਵਾਂਗੇ ਇਸ ਟਾਈਪ ਦੀ ਪ੍ਰੋਫਾਈਲ ਦੇ ਵੀਜ਼ੇ ਲੱਗੇ ਹੋਏ ਤਾਂ ਹੀ ਤੁਹਾਨੂੰ ਯਕੀਨ ਕਰਨਾ ਚਾਹੀਦਾ, ਅਤੇ ਤਾਂ ਹੀ ਤੁਸੀਂ ਆਪਣੇ ਏਜੰਟ ਨੂੰ ਸ਼ਾਰਟ ਲਿਸਟ ਕਰ ਸਕਦੇ ਹੋ ਅਤੇ ਉਹਨਾਂ ਨੂੰ ਤੁਸੀਂ ਉਹਨਾਂ 'ਤੇ ਯਕੀਨ ਕਰ ਸਕਦੇ ਹੋ। ਬਾਕੀ ਸਾਰੀਆਂ ਗੱਲਾਂ ਗੱਲਾਂ ਹੀ ਰਹਿ ਜਾਂਦੀਆਂ ਅਤੇ ਐਂਡ 'ਚ ਬੱਚੇ ਦਾ ਹੀ ਨੁਕਸਾਨ ਹੁੰਦਾ। ਸਰ, ਬੱਚਿਆਂ ਦਾ ਆਫਟਰ ਪਲੱਸ ਟੂ ਅਤੇ ਗ੍ਰੈਜੂਏਸ਼ਨ ਦੇ ਬਿਟਵੀਨ ਵੀ ਜੇ ਗੈਪ ਹੋਵੇ, ਕਿਆ ਉਹ ਵੀ ਪ੍ਰੋਫਾਈਲਾਂ ਐਕਸੈਪਟੇਬਲ ਨੇ? ਦੇਖੋ, ਐਸੇ ਕੇਸ 'ਚ ਅਗਰ ਜਾਂ 2 ਜਾਂ 3 ਸਾਲ ਦਾ ਗੈਪ ਹੈ, ਅਸੈਪਟੇਬਲ ਹੈਗਾ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ, ਕਿਉਂਕਿ ਬੱਚੇ ਜਿਵੇਂ ਲਾਈਕ ਕੋਈ ਐਂਟਰੈਂਸ ਟੈਸਟ ਦੀ ਤਿਆਰੀ ਕਰ ਦਿੰਦੇ, ਜਾਂ ਬੱਚਾ ਹੋ ਸਕਦਾ ਬੱਚੇ ਨੇ ਬੀਕੌਮ ਲੈ ਲਈ ਜੀ, 1-2 ਸਾਲ ਕੀਤੇ ਨਹੀਂ ਪੜ੍ਹ ਪਾਇਆ, ਫਿਰ ਉਹ ਅੱਗੇ ਬੀ ਏ ਲੈ ਦਿੰਦੇ ਬੱਚੇ, ਜਾ ਕੇ ਵੀ ਚਲੋ ਇਹ ਤਾਂ ਘੁੰਮਦੇ ਫਿਰਦੇ ਕਰ ਹੀ ਜਾਵਾਂਗੇ ਆਪਾਂ, ਅਤੇ ਜਾਂ ਫਿਰ ਬੱਚਾ ਬੀ ਟੈਕ ਲੈ ਦਿੰਦਾ ਫੋਰ ਐਗਜ਼ਾਮਪਲ, 1-2 ਸਮੈਸਟਰ ਲਗਾ ਕੇ ਛੱਡ ਦਿੰਦਾ, ਵੀ ਠੀਕ ਹੈ। ਦੋ ਸਾਲ 3 ਸਾਲ ਅਗਰ 12ਵੀਂ ਅਤੇ ਗ੍ਰੈਜੂਏਸ਼ਨ ਤੋਂ ਵਿੱਚ ਗੈਪ ਹੈਗਾ ਅਤੇ ਕੋਈ ਇੰਨਾ ਵੱਡਾ ਮੈਟਰ ਨਹੀਂ ਹੈਗਾ, ਸਭ ਜਸਟੀਫਾਈਡ ਹੈ। ਅਗਰ ਕੁਛ ਬੱਚਾ ਕੋਈ ਕੰਪਿਊਟਰ ਸਰਟੀਫਿਕੇਟ ਦਿਖਾ ਦੇ ਉਹ ਵੀ ਚੱਲ ਜਾਏਗਾ, ਕੋਈ ਫਸਟ ਈਅਰ ਸੈਕਿੰਡ ਈਅਰ ਡਰੋਪ ਕੀਤਾ ਦਿਖਾ ਦੇ ਉਹ ਵੀ ਚੱਲ ਜਾਏਗਾ, ਕੋਈ ਆਪਦਾ ਫੈਮਿਲੀ ਦੇ ਨਾਲ ਦਿਖਾ ਦੇ ਵੀ ਫਾਦਰ ਨਾਲ ਮੈਂ ਕੋਈ ਪ੍ਰੋਬਲਮ ਸੀਗੀ ਅਤੇ ਫਾਦਰ ਨਾਲ ਮੈਂ ਕੰਮ ਕਰਦਾ ਸੀਗਾ, ਉਹ ਵੀ ਅਸੈਪਟੇਬਲ ਹੈ। ਵੀ ਖੇਤੀਬਾੜੀ ਵੀ ਅਗਰ ਬੱਚਾ ਕਰਦਾ ਸੀਗਾ, ਇਹ ਕਹਿ ਸਕਦਾ ਵੀ ਹਾਂਜੀ ਮੈਂ ਮੇਰੇ ਫਾਦਰ ਬਿਮਾਰ ਸੀਗੇ ਜਾਂ ਫਿਰ ਕੰਮ 'ਚ ਫੈਮਿਲੀ 'ਚ ਕੋਈ ਹੋਰ ਟੇਕ ਕੇਅਰ ਕਰਨ ਵਾਲਾ ਨਹੀਂ ਸੀਗਾ, ਅਤੇ ਇਸ ਕਰਕੇ ਮੈਨੂੰ ਫੀਡਸ ਦਾ ਧਿਆਨ ਰੱਖਣਾ ਪਿਆ, ਦੇਖਣਾ ਪਿਆ, ਉਹ ਵੀ ਅਸੈਪਟੇਬਲ ਹੈ ਇਹਦੇ ਵਿੱਚ। ਸਰ, ਜਿਨ੍ਹਾਂ ਬੱਚਿਆਂ ਦਾ ਆਫਟਰ ਗ੍ਰੈਜੂਏਸ਼ਨ ਮਾਸਟਰਸ ਦੇ ਵਿੱਚ ਬਿਟਵੀਨ ਗੈਪ ਹੈ, ਅਤੇ ਉਹ ਕੀ ਦਿਖਾਉਣ, ਪੜ੍ਹਾਈ ਦਿਖਾਉਣ ਜਾਂ ਵਰਕ ਐਕਸਪੀਰੀਅੰਸ ਦਿਖਾਉਣ, ਕੀ ਤੁਸੀਂ ਚੋਇਸ ਦਿਓਗੇ? ਦੇਖੋ, ਇਹਦੇ ਵਿੱਚ ਬਹੁਤ ਆਸਾਨ ਹੈ ਇਸ ਚੀਜ਼ ਨੂੰ ਕਵਰ ਕਰਨਾ, ਅਗਰ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਡਿਪਲੋਮੇ ਤੋਂ ਬਾਅਦ ਤੁਹਾਡਾ ਗੈਪ ਹੈਗਾ ਅਤੇ ਅਗਲੀ ਫਰਦਰ ਪੜ੍ਹਾਈ ਤੋਂ ਵਿੱਚ ਗੈਪ ਹੈ, ਜਿਵੇਂ ਅਗਰ ਤੁਸੀਂ ਡਿਪਲੋਮਾ ਕੀਤਾ ਜੀ, ਜਿਵੇਂ ਇੰਜੀਨੀਅਰ ਦਾ ਡਿਪਲੋਮਾ ਕਰ ਲਿਆ ਜਾਂ BSc ਨਰਸਿੰਗ ਕਰ ਲਈ, ਉਸ ਤੋਂ ਬਾਅਦ ਵੀ ਤੁਸੀਂ 5-4 ਸਾਲ ਦਾ ਗੈਪ ਹੈ, ਉਸ ਤੋਂ ਬਾਅਦ ਤੁਸੀਂ ਜਿਵੇਂ BSc ਨਰਸਿੰਗ ਸ਼ੁਰੂ ਕਰ ਲਈ GNM ਤੋਂ BSc ਨਰਸਿੰਗ ਦੇ ਵਿੱਚ 5 ਸਾਲ ਦਾ ਗੈਪ ਆ ਗਿਆ, ਜਾਂ ਡਿਪਲੋਮਾ ਆਫ ਨਰਸਿੰਗ ਤੋਂ ਅਤੇ ਵਿੱਚ ਅਤੇ BS ਆਪਣਾ BTEC ਦੇ ਵਿੱਚ ਗੈਪ ਆ ਗਿਆ, ਜਾਂ ਫਿਰ ਤੁਸੀਂ BA ਕਰ ਦੀ ਅਤੇ ਉਸ ਤੋਂ ਬਾਅਦ ਅੱਗੇ ਮਾਸਟਰਸ ਦੇ ਵਿੱਚ ਗੈਪ ਆ ਗਿਆ, ਜਾਂ ਫਿਰ ਜਿਵੇਂ BTEC ਕਰ ਦੀ MTEC ਦੇ ਵਿੱਚ ਗੈਪ ਆ ਗਿਆ, ਕੋਈ ਦਿੱਕਤ ਵਾਲੀ ਗੱਲ ਨਹੀਂ ਜੀ, ਸਿਰਫ ਅਤੇ ਸਿਰਫ ਵਰਕ ਐਕਸਪੀਰੀਅੰਸ ਦਿਖਾਓ, ਤੁਹਾਡਾ ਕੰਮ ਹੋ ਜਾਏਗਾ। ਕੈਸ਼ ਇਨ ਹੈਂਡ ਸੈਲਰੀ ਸਾਡੀ ਕੰਪਨੀ ਅਸੈਪਟ ਕਰਦੀ ਹੈ ਜੀ, ਅਤੇ ਤੁਸੀਂ ਕੈਸ਼ ਇਨ ਹੈਂਡ ਸੈਲਰੀ ਦਿਖਾ ਕੇ ਵਰਕ ਐਕਸਪੀਰੀਅੰਸ ਦਿਖਾ ਕੇ ਆਪਦਾ ਗੈਪ ਕਵਰ ਕਰ ਸਕਦੇ ਹੋ। BA ਕੀਤੀ ਹੈ, ਅੱਗੇ ਤੁਸੀਂ MA ਕਰ ਦੀ, ਉਸ ਤੋਂ ਬਾਅਦ ਜੀ ਗੈਪ ਆ ਗਿਆ, BEd ਤੁਸੀਂ ਅੱਗੇ ਕਰ ਰਹੇ ਹੋ ਗੈਪ ਨਾਲ, ਕੋਈ ਚੱਕਰ ਨਹੀਂ, ਟੀਚਰ ਦਾ ਵਰਕ ਐਕਸਪੀਰੀਅੰਸ ਦਿਖਾ ਦਿਓ, ਤੁਹਾਡਾ ਚੱਲ ਜਾਏਗਾ। ਅਤੇ ਯਾਨੀ ਕਿ ਫੈਮਿਲੀ ਬਿਜ਼ਨਸ ਵੀ ਅਗਰ ਤੁਹਾਡਾ ਹੈਗਾ ਹੈ ਤਾਂ ਉਹ ਵੀ ਦਿਖਾ ਸਕਦੇ ਹੋ, ਬਟ ਇਹਦੇ ਵਿੱਚ ਮੈਂ ਕਹੂੰਗਾ ਖੇਤੀਬਾੜੀ ਨਹੀਂ ਚੱਲੇਗੀ, ਮੈਂ ਉਹਨੂੰ ਨਹੀਂ ਤੁਹਾਨੂੰ ਲਾਈਕ ਰਿਕਮੈਂਡ ਕਰੂੰਗਾ ਵੀ ਉਸ ਤਰੀਕੇ ਨਾਲ ਤੁਸੀਂ ਦਿਖਾਓ। ਬਟ ਅਗਰ ਤੁਸੀਂ ਅਗਰ ਆਪਣੀ ਬੈਚਲਰ ਦੇ ਫੀਲਡ ਦਾ ਵਰਕ ਐਕਸਪੀਰੀਅੰਸ ਦਿਖਾ ਦਿਓ, ਜਾਂ ਫਿਰ ਬੈਚਲਰ BA 'ਚ ਕੀਤੀ ਹੈ ਫੋਰ ਐਗਜ਼ਾਮਪਲ, ਕੋਈ ਮਾਰਕੀਟਿੰਗ ਦਾ, ਕੋਈ ਟੈਲੀਕਾਲਿੰਗ ਦਾ, ਰਿਸੈਪਸ਼ਨ ਦਾ, ਕਿਸੇ ਵੀ ਤਰੀਕੇ ਦਾ ਵਰਕ ਐਕਸਪੀਰੀਅੰਸ ਦਿਖਾ ਦਿਓ, ਚੱਲ ਜਾਏਗਾ ਜੀ। ਕੈਸ਼ ਇਨ ਹੈਂਡ ਸੈਲਰੀ ਸਾਡੀ ਕੰਪਨੀ ਅਸੈਪਟ ਕਰਦੀ ਹੈ। ਸਰ, ਕਈ ਬੱਚਿਆਂ ਦਾ ਸਵਾਲ ਹੁੰਦਾ ਕਿ ਜੇ ਉਹਨਾਂ ਦੇ ਬੈਂਡ ਸਕੋਰ ਘੱਟ ਹੋਣ ਆਫਟਰ ਪਲੱਸ ਟੂ, ਆਫਟਰ ਗ੍ਰੈਜੂਏਸ਼ਨ, ਆਫਟਰ ਮਾਸਟਰਸ, ਤੁਸੀਂ ਉਹਨਾਂ ਨੂੰ ਕੀ ਸੁਜੈਸ਼ਨ ਦਿਓਗੇ? ਦੇਖੋ, ਅਗਰ ਬੈਂਡ ਘੱਟ ਦਾ ਮਤਲਬ ਇਹ ਹੈ ਵੀ 6 ਬੈਂਡ ਹੈ, 5.5 ਤੋਂ ਘੱਟ ਨਹੀਂ, ਇਸ ਤੋਂ ਘੱਟ ਬੈਂਡ ਤਾਂ ਅਸੈਪਟੇਬਲ ਹੀ ਨਹੀਂ ਹੈਗੇ ਆਸਟ੍ਰੇਲੀਆ 'ਚ, ਅਤੇ 6 ਬੈਂਡ ਅਗਰ ਤੁਹਾਡੇ ਹੈਗੇ ਨੇ ਲਾਈਕ 5.5-2 ਵੀ ਅਗਰ ਤੁਹਾਡੇ ਹੈਗੇ ਨੇ ਤਾਂ ਬੱਚੇ ਅਪਲਾਈ ਕਰ ਸਕਦੇ। ਬਟ ਉਹੀ ਗੱਲ ਆ ਗਈ ਵੀ ਪਰਸੈਂਟੇਜ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ, ਵੀ ਮੈਂ ਕਹੂੰਗਾ ਵੀ ਅਗਰ 65% ਤੁਹਾਡੇ ਨੰਬਰ ਹੈਗੇ ਨੇ, ਗੈਪ ਵੀ ਹੈਗਾ ਤੁਹਾਡਾ ਅਤੇ ਬੈਂਡ ਵੀ ਘੱਟ ਨੇ, 65% 'ਤੇ ਅਪਲਾਈ ਕਰੋ, ਐਜੀ ਕੁਛ ਲੱਗੇਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਬਟ ਕਿਸੇ ਨਾ ਕਿਸੇ ਪਾਸੇ ਅਸੀਂ ਸਟਰੋਂਗ ਕਰ ਸਕਦੇ ਹਾਂ ਵੀ ਉਹ ਕਿਵੇਂ ਸਟਰੋਂਗ ਹੋਏਗਾ, ਵੀ ਚਲੋ ਠੀਕ ਹੈ ਬੈਂਡ ਤੁਹਾਡੇ ਘੱਟ ਨੇ, ਗੈਪ ਵੀ ਹੈਗਾ ਤੁਹਾਡਾ, ਬਟ ਇੱਕ ਚੀਜ਼ ਤਾਂ ਚੰਗੀ ਹੋਏ ਨਾ, ਪਰਸੈਂਟੇਜ ਵਧੀਆ ਹੈਗੀ ਹੈ ਤੁਹਾਡੀ, ਪਰਸੈਂਟੇਜ ਦੇ ਬੇਸ ਅਸੀਂ ਵਧੀਆ ਯੂਨੀਵਰਸਿਟੀ ਦੇ ਦਾਂਗੇ, ਠੀਕ ਹੈ ਜੀ। ਯੂਨੀਵਰਸਿਟੀ ਤੁਹਾਨੂੰ ਵਧੀਆ ਮਿਲ ਗਈ, ਉਹਦੇ ਨਾਲ ਫਿਰ ਸਾਨੂੰ ਜਿਹੜਾ ਗੈਪ ਦਾ ਜਿਹੜਾ ਹੈਗਾ ਮਾਮਲਾ ਉਹ ਅਸੀਂ ਜਸਟੀਫਾਈ ਕਰਕੇ ਐਜੀ ਕੋਰਸ ਲਗਾ ਕੇ ਦੇ ਦਾਂਗੇ, ਕਿਉਂਕਿ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਮੇਨ ਵਧੀਆ ਯੂਨੀਵਰਸਿਟੀਆਂ, ਟੋਪ ਲੈਵਲ ਦੀ ਯੂਨੀਵਰਸਿਟੀ ਜਿਹਦੇ ਨਾਲ ਕੇਸ ਨੇ ਮਜ਼ਬੂਤ ਹੋਣਾ, ਉਹ ਇੱਕੋ ਤਰੀਕੇ ਨਾਲ ਹੁੰਦਾ ਹੈ ਵੀ ਜਦ ਆਪਾਂ ਯੂਨੀਵਰਸਿਟੀ ਦੀ ਐਂਟਰੀ ਰਿਕੁਆਇਰਮੈਂਟ ਪੂਰੀ ਕਰਦੇ ਹਾਂ। ਐਂਟਰੀ ਰਿਕੁਆਇਰਮੈਂਟ ਜ਼ਿਆਦਾਤਰ ਯੂਨੀਵਰਸਿਟੀਆਂ ਦੇ 2 ਚੀਜ਼ਾਂ ਦੀ ਹੁੰਦੀ ਆ, 1 ਹੁੰਦੀ ਹੈ ਬੈਂਡ ਦੀ ਅਤੇ 1 ਹੁੰਦੀ ਹੈ ਪਰਸੈਂਟੇਜ ਦੀ। ਬੈਂਡ ਅਗਰ ਘੱਟ ਨੇ ਤੁਸੀਂ ਐਜੀ ਕੋਰਸ ਲਗਾ ਸਕਦੇ ਹੋ, ਉਹ ਜਸਟੀਫਾਈਡ ਹੈ, ਉਹ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਬਟ ਅਗਰ ਪਰਸੈਂਟੇਜ ਘੱਟ ਹੈ ਤਾਂ ਯੂਨੀਵਰਸਿਟੀ ਐਡਮਿਸ਼ਨ ਨਹੀਂ ਦੇਗੀ, ਕਿਸੇ ਵੀ ਹਾਲਤ 'ਚ ਨਹੀਂ ਦੇਗੀ ਤੁਹਾਨੂੰ, ਜੋ ਮਰਜ਼ੀ ਤੁਹਾਡੇ ਬੈਂਡ ਜਿੰਨੇ ਮਰਜ਼ੀ ਹੋਣ, ਬੇਸ਼ੱਕ
ਕਰਦੇ। ਲੇਕਿਨ ਅਗਰ ਪਰਸੈਂਟੇਜ ਦੀ ਤੁਹਾਡੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਤਾਂ ਯੂਨੀਵਰਸਿਟੀ ਤੁਹਾਨੂੰ ਐਡਮਿਸ਼ਨ ਨਹੀਂ ਦੇਗੀ। ਇਸ ਕਰਕੇ ਅਗਰ ਤੁਹਾਡੇ 65% ਨੰਬਰ ਨੇ, ਤੁਹਾਡੇ ਗੈਪ ਜਿੰਨਾ ਮਰਜ਼ੀ ਹੋਏ ਮੈਨੂੰ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ, ਤੁਹਾਡੇ ਬੈਂਡ 6 ਬੈਂਡ ਹੈ, 5.5-2 'ਚ ਵੀ ਹੈਗੇ ਕੋਈ ਦਿੱਕਤ ਵਾਲੀ ਗੱਲ ਨਹੀਂ, ਤੁਹਾਡੇ ਮੈਰਿਜ ਹੈਗੇ ਆ ਕੇਸ ਤਾਂ ਵੀ ਕੋਈ ਦਿੱਕਤ ਨਹੀਂ, ਸਪਾਊਸ ਦੀ ਗ੍ਰੈਜੂਏਸ਼ਨ ਨਹੀਂ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ, ਨਵੀਂ ਮੈਰਿਜ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ। ਬਟ ਪਰਸੈਂਟੇਜ ਅਗਰ ਤੁਹਾਡੀ ਵਧੀਆ ਹੈਗੇ ਆ, ਕੁਛ ਨਾ ਸੋਚੋ, ਕੁਛ ਨਾ ਸਮਝੋ, ਚੁੱਪ ਕਰਕੇ ਆਪਣੇ ਡਾਕੂਮੈਂਟ ਸਾਡੇ ਕੋਲ ਲੈ ਕੇ ਆਓ, ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਰਿਜ਼ਲਟ। ਸਰ ਜਿਨ੍ਹਾਂ ਬੱਚਿਆਂ ਦੀ ਪਰਸੈਂਟੇਜ ਲੋਅ ਹੋਏ ਅਤੇ ਉਹ ਕੀ ਕਰਨ, ਉਹਨਾਂ ਦੇ ਬੈਂਡ ਸਕੋਰ ਵਧੀਆ ਨੇ ਅਤੇ ਉਹਨਾਂ ਦੀ ਰੀਸੈਂਟ ਸਟੱਡੀ ਹੈ, ਅਤੇ ਉਹਨਾਂ ਲਈ ਕੀ ਤੁਸੀਂ ਸਜੈਸ਼ਨ ਦਿਓਗੇ? ਦੇਖੋ, ਜਿਨ੍ਹਾਂ ਦੇ ਪਰਸੈਂਟ ਗੈਪ ਦੀ ਆਪਾਂ ਪਰਸੈਂਟੇਜ ਦੀ ਘੱਟ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਜੋੜ ਦਿੰਦੇ ਹਾਂ ਵੀ ਪਰਸੈਂਟੇਜ ਘੱਟ ਹੈ, ਬੈਂਡ ਵਧੀਆ ਨੇ ਅਤੇ ਗੈਪ ਵੀ ਹੈਗਾ, ਵੀ ਦੋ ਚੀਜ਼ਾਂ ਕਮੀਆਂ ਰੱਖਦੇ ਹਾਂ। ਵੀ ਜਿਹਦੇ ਸਪੋਜ਼ ਕਰੋ ਕਿਸੇ ਦੇ 6.5 ਬੈਂਡ ਹੈ, 6 ਤੋਂ ਘੱਟ ਨਹੀਂ ਹੈਗੇ, ਗੈਪ ਹੈਗਾ ਜੀ 5 ਸਾਲ ਦਾ, 6 ਸਾਲ ਦਾ ਗੈਪ ਹੈ, ਪਰਸੈਂਟੇਜ ਹੈ 50-51% ਨੰਬਰ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਇੱਧਰਲੇ ਪਾਸੇ ਤੁਹਾਡੇ ਬੈਂਡ ਵਧੀਆ ਆ ਗਏ, ਇਸ ਕਰਕੇ ਅਸੀਂ ਵਧੀਆ ਯੂਨੀਵਰਸਿਟੀ 'ਚ ਲੈ ਸਕਦੇ ਹਾਂ। ਕਿਉਂਕਿ ਕਈ ਯੂਨੀਵਰਸਿਟੀਆਂ ਸਾਡੇ ਕੋਲ ਐਸੀਆਂ ਜਿਹੜੀਆਂ 50% ਲੈਵਲ ਬਣਦੀਆਂ ਯੂਨੀਵਰਸਿਟੀ ਐਡਮਿਸ਼ਨ ਦੇ ਦਿੰਦੀਆਂ, ਕੋਈ ਦਿੱਕਤ ਵਾਲੀ ਗੱਲ ਨਹੀਂ, ਗੈਪ ਅਸੈਪਟ ਕਰਦੀਆਂ। ਹੁਣ ਉੱਧਰ ਦੇ ਪਾਸੇ ਇਹ ਆ ਗਿਆ ਵੀ ਪਰਸੈਂਟੇਜ ਘੱਟ ਅਸੀਂ ਅਸੈਪਟ ਕਰਦੇ ਹਾਂ 50%, ਗੈਪ ਵੀ ਅਸੈਪਟ ਕਰਦੇ ਹਾਂ, ਬਟ ਦੂਜੇ ਪਾਸੇ ਸਾਨੂੰ ਬੈਂਡ ਵਧੀਆ ਚਾਹੀਦੇ ਨੇ। ਵੀ ਅਸੀਂ ਕਹਿੰਦੇ ਹਾਂ ਵੀ ਕੇ 'ਚ ਇੱਕ ਚੀਜ਼ ਵਧੀਆ ਹੋਣੀ ਚਾਹੀਦੀ ਹੈ ਤਾਂ ਤੁਸੀਂ ਆਸਟ੍ਰੇਲੀਆ ਦੀ ਫਾਇਦਾ, ਨਹੀਂ ਤਾਂ ਕੋਈ ਫਾਇਦਾ ਨਹੀਂ ਹੈਗਾ। ਤੁਹਾਡੇ ਬੈਂਡ ਬਹੁਤ ਵਧੀਆ ਨੇ, ਪਰਸੈਂਟੇਜ ਘੱਟ ਹੈ, ਗੈਪ ਹੈ, ਲਗਾ ਲਓ ਵੀਜ਼ਾ ਆ ਜਾਏਗਾ। ਤੁਹਾਡੇ ਪਰਸੈਂਟੇਜ ਘੱਟ ਹੈਗੀ ਹੈ, ਬੈਂਡ ਵੀ ਘੱਟ ਨੇ ਲੇਕਿਨ ਗੈਪ ਨਹੀਂ ਹੈ, ਅਪਲਾਈ ਕਰ ਦਿਓ, ਵੀਜ਼ਾ ਆ ਜਾਏਗਾ। ਤੁਹਾਡਾ ਜਿਹੜਾ ਗੈਪ ਜਿਹੜਾ ਹੈਗਾ ਬਿਲਕੁਲ ਨਹੀਂ ਹੈਗਾ, ਪਰਸੈਂਟੇਜ ਵੀ ਘੱਟ ਹੈ, ਬੈਂਡ ਵੀ ਘੱਟ ਨੇ, ਅਪਲਾਈ ਕਰੋ, ਵੀਜ਼ਾ ਆ ਜਾਏਗਾ। ਯਾਨੀ ਕਿ 3 ਚੀਜ਼ਾਂ ਵਿੱਚੋਂ ਇੱਕ ਚੀਜ਼ ਸਹੀ ਹੋਈ, ਜਾਂ ਤਾਂ ਬੈਂਡ ਤੁਹਾਡੇ 6.5 ਹੋਣ, 6 ਤੋਂ ਘੱਟ ਨਾ ਹੋਣ, ਜਾਂ ਤੁਹਾਡੇ ਬਿਲਕੁਲ ਵੀ ਗੈਪ ਨਾ ਹੋਵੇ, ਜਾਂ ਤੁਹਾਡੀ ਪਰਸੈਂਟੇਜ ਹਾਈ ਪਰਸੈਂਟੇਜ, ਮੈਂ 65% ਲਵਾਂਗਾ, 60% ਲਵਾਂਗਾ। ਵੀ 3 'ਚੋਂ ਇੱਕ ਚੀਜ਼ ਵੀ ਤੁਹਾਡੇ ਕੇਸ 'ਚ ਠੀਕ ਹੈ, ਤੁਸੀਂ ਆ ਜਾਓ, ਮੈਂ ਤੁਹਾਨੂੰ ਅਪਲਾਈ ਕਰਾ ਕੇ ਵੀਜ਼ਾ ਦੇ ਦੂੰਗਾ। ਹੁਣ ਰੀਸੈਂਟਲੀ ਅਸੀਂ ਪਿੱਛੇ ਜੇ ਇੱਕ ਹਰਪ੍ਰੀਤ ਕਰਕੇ ਲੜਕਾ ਸੀਗਾ, ਆਪਣਾ ਲਾਈਕ ਚੰਡੀਗੜ੍ਹ ਲੋਕਲ ਤੋਂ ਸੀਗਾ, 51% ਬੱਚਿਆਂ ਦੇ ਨੰਬਰ ਸੀਗੇ ਜੀ, ਅਤੇ 6.5 ਬੈਂਡ ਸੀ, 6 ਤੋਂ ਘੱਟ ਨਹੀਂ ਸੀਗੇ ਬੱਚੇ ਦੇ, ਅਤੇ 6 ਸਾਲ ਦਾ ਬੱਚੇ ਦਾ ਗੈਪ ਸੀ, ਅਸੀਂ ਵੀਜ਼ਾ ਦੇ ਕੀਤਾ। ਕੇਸ 'ਚ ਕੀ ਸੀਗਾ? ਕੁਛ ਨਹੀਂ ਸੀਗਾ, ਟੈਕਨੀਕਲੀ 5 ਸਾਲ ਦਾ ਗੈਪ ਸੀਗਾ, 50% ਨੰਬਰ ਸੈਕਿੰਡ ਡਿਵੀਜ਼ਨ, ਉਹ ਬੱਚੇ ਨੂੰ ਕੋਈ ਉਮੀਦ ਨਹੀਂ ਸੀਗੀ, ਵੈਸੇ ਉਹਦੀ ਇੰਗਲਿਸ਼ ਤੋਂ ਵਧੀਆ ਸੀਗੀ, ਬੱਚੇ ਨੇ ਪੇਪਰ ਦੇ ਜਾਂ ਕਿਸੇ ਦੇ ਨਾਲ ਸਾਡੇ ਨਾਲ ਆਏ ਸੀ, ਵੈਸੇ ਡਿਸਕਸ ਕਰਦੇ ਜਾਂ ਸਾਡੇ ਨਾਲ ਕੇਸ ਵੀ ਜੀ 6.5 ਬੈਂਡ ਤਾਂ ਹੈਗੇ ਨੇ, ਬਟ ਗੈਪ ਵੀ ਹੈਗਾ ਅਤੇ ਆਪਣੇ ਪਰਸੈਂਟੇਜ ਵੀ 51% ਹੈਗੀ, ਇਹਦੀ ਅਪਲਾਈ ਹੋ ਜਾਏਗਾ, ਇਹਦੀ ਕੋਈ ਦਿੱਕਤ ਵਾਲੀ ਗੱਲ ਨਹੀਂ। ਹੁਣ ਕੇਸ 'ਚ ਇੱਕ ਚੀਜ਼ ਸਾਨੂੰ ਵਧੀਆ ਮਿਲ ਗਈ, ਦੋ ਚੀਜ਼ਾਂ ਮਾੜੀਆਂ ਸੀਗੀਆਂ, ਮਾੜੀਆਂ ਸੀ ਬਹੁਤ ਹੀ ਜ਼ਿਆਦਾ ਮਾੜੀਆਂ ਸੀ, 5 ਸਾਲ ਦਾ ਗੈਪ ਅਤੇ 51% ਨੰਬਰ ਕੁਛ ਨਹੀਂ ਹੁੰਦੇ, ਅਪਲਾਈ ਕਰਕੇ ਵੀਜ਼ਾ ਲੈ ਕੇ ਦਿੱਤਾ ਸੀ ਅਸੀਂ, ਇਹ ਅਗਸਤ ਦਾ ਹੀ ਵੀਜ਼ਾ ਹੈਗਾ, ਬੱਚੇ ਆ ਕੇ ਅਪਲਾਈ ਵੀਜ਼ਾ ਚੈੱਕ ਕਰ ਸਕਦੇ, ਡਾਕੂਮੈਂਟ ਵੀ ਚੈੱਕ ਕਰ ਸਕਦੇ ਨੇ, ਬੱਚੇ ਦੇ ਬੈਂਡ ਵੀ ਚੈੱਕ ਕਰ ਸਕਦੇ, ਪਰਸੈਂਟੇਜ ਚੈੱਕ ਕਰ ਸਕਦੇ, ਸੈਕਿੰਡ ਡਿਵੀਜ਼ਨ ਬੱਚੇ ਦੀ ਹੈਗੀ ਹੈ, ਡਿਗਰੀ ਚੈੱਕ ਕਰਨੀ ਹੈ, ਵੀਜ਼ਾ ਚੈੱਕ ਕਰਨਾ, ਔਨਲਾਈਨ ਫਾਈਲ ਚੈੱਕ ਕਰਨੀ, ਕਿਸੇ ਵੀ ਤਰੀਕੇ ਨਾਲ ਤੁਸੀਂ ਕੁਛ ਵੀ ਚੈੱਕ ਕਰਨਾ, ਤੁਸੀਂ ਚੈੱਕ ਕਰਕੇ ਆਪਣਾ ਤਸੱਲੀ ਕਰ ਸਕਦੇ ਹੋ। ਅਤੇ ਇਹ ਚੀਜ਼ਾਂ ਦੇ ਵਿੱਚ ਉਹ ਆ ਜਾਂਦੀ ਹੈ ਵੀ ਕਿਉਂਕਿ ਬੈਂਡ ਵਧੀਆ ਸੀਗੇ, ਕਵਰ ਹੋ ਗਿਆ। ਐਂ ਅਸੀਂ ਰੀਸੈਂਟਲੀ ਵੀਜ਼ਾ ਦਿੱਤਾ ਸੀਗਾ ਬੱਚੇ ਦੇ, 68% ਨੰਬਰ ਸੀਗੇ, ਬੈਂਡ ਵੀ ਘੱਟ ਸੀਗੇ ਅਤੇ ਗੈਪ ਵੀ ਸੀਗਾ, ਵੀਜ਼ਾ ਐਜ ਏ ਕੋਰਸ ਲਗਾ ਕੇ ਅਸੀਂ ਵੀਜ਼ਾ ਦਿੱਤਾ ਹੈ, ਜਿਹਦੇ 5 ਸਾਲ ਦਾ ਬੱਚੇ ਦਾ ਗੈਪ ਸੀਗਾ, ਕੈਸ਼ ਇਨ ਹੈਂਡ ਐਜ਼ ਏ ਟੀਚਰ ਸੈਲਰੀ ਮਿਲਦੀ ਸੀਗੀ। ਫਿਰ ਯਾਨੀ ਕਿ ਇਹੀ ਚੀਜ਼ਾਂ ਆ ਜਾਂਦੀਆਂ ਵੀ ਇੱਕ ਚੀਜ਼ ਸਹੀ ਹੋਏ, ਗੈਪ ਬਿਲਕੁਲ ਨਹੀਂ ਹੈਗਾ ਤਾਂ ਮਤਲਬ ਵੀ ਤੁਸੀਂ 2020 ਪਾਸ ਆਊਟ ਹੋ, 6 ਬੈਂਡ ਹੈ, 2 'ਚ 5.5 ਹੈ, 50-51% ਹੈ, ਕੋਈ ਦਿੱਕਤ ਨਹੀਂ, ਮੈਂ ਵੀਜ਼ਾ ਦਵਾ ਦੂੰਗਾ ਤੁਹਾਡਾ, ਕੋਈ ਦਿੱਕਤ ਨਹੀਂ। ਬਟ 3 ਚੀਜ਼ਾਂ ਜਾਂ 2 ਚੀਜ਼ਾਂ ਕੇਸ 'ਚ ਜਦ ਕਮਜ਼ੋਰ ਹੁੰਦੀਆਂ, ਵੀ ਮੈਂ ਕਹਿੰਦਾ 3 ਚੀਜ਼ਾਂ ਕਮਜ਼ੋਰ ਹੋਏ ਤਾਂ ਬਿਲਕੁਲ ਹੀ ਨਾ ਅਪਲਾਈ ਕਰੋ, ਘੱਟ ਹੀ ਮਾਰ ਦਿਓ ਗੱਲ 'ਤੇ। ਲੇਕਿਨ ਫਿਰ ਵੀ ਅਗਰ ਜਿਵੇਂ 2 ਚੀਜ਼ਾਂ ਦੀ ਗੱਲ ਕਰੀਏ, ਵੀ ਜਿਵੇਂ ਪਰਸੈਂਟੇਜ 65% ਆ ਗਈ, 6 ਬੈਂਡ ਹੈ, 2 'ਚ 5.5 ਅਪਲਾਈ ਕਰ ਦਿਓ, ਵੀਜ਼ਾ ਆ ਜਾਏਗਾ। ਤੁਹਾਡੀ ਪਰਸੈਂਟੇਜ ਜਿਹੜੀ ਹੈਗੀ ਹੈ 65% ਹੈਗੀ ਹੈ, ਗੈਪ ਜ਼ਿਆਦਾ ਹੈਗਾ, ਲੇਕਿਨ ਬੈਂਡ ਵੀ ਤੁਹਾਡੇ ਘੱਟ ਹੈਗੇ ਨੇ, ਜਿਵੇਂ 6 ਬੈਂਡ ਹੈ, 2 'ਚ 5.5 ਹੈ, ਕੋਈ ਦਿੱਕਤ ਨਹੀਂ, ਵੀਜ਼ਾ ਦੇ ਸਿਨੈਰੀਓ ਬਣ ਜਾਂਦੇ ਨੇ। ਬਟ 3 ਜਾਂ ਚੀਜ਼ਾਂ ਕਮਜ਼ੋਰ ਹੋਣ, ਕਦੇ ਵੀ ਨਾ ਅਪਲਾਈ ਕਰੋ, 2 ਚੀਜ਼ਾਂ ਕਮਜ਼ੋਰ ਨਾਲ ਅਪਲਾਈ ਕਰ ਦਿਓ, ਵੀਜ਼ਾ ਆ ਜਾਏਗਾ। ਸਰ ਕਈ ਬੱਚਿਆਂ ਕੋਲ ਗੈਪ ਕਵਰ ਕਰਨ ਲਈ ਹੁੰਦਾ ਹੈ ਐਕਸਪੀਰੀਅੰਸ, ਬਟ ਉਹਨਾਂ ਦੀ ਸੈਲਰੀ ਅਕਾਊਂਟ 'ਚ ਨਹੀਂ ਹੁੰਦੀ, ਉਹ ਕੈਸ਼ ਹੁੰਦੀ ਹੈ, ਕਿਆ ਉਹ ਐਕਸੈਪਟੇਬਲ ਹੈ? ਬਿਲਕੁਲ ਜੀ, ਅਸੈਪਟੇਬਲ ਹੈ, ਇਹ ਯੂਨੀਵਰਸਿਟੀ ਯੂਨੀਵਰਸਿਟੀ ਡਿਪੈਂਡ ਕਰਦਾ ਹੈ। ਜੇ ਬੱਚਾ ਕਹਿੰਦਾ ਜੀ ਮੇਰੀ ਕੈਸ਼ ਇਨ ਹੈਂਡ ਸੈਲਰੀ 5 ਸਾਲ, 7 ਸਾਲ, 8 ਸਾਲ, ਮੈਨੂੰ ਕੈਸ਼ ਇਨ ਹੈਂਡ ਸੈਲਰੀ ਹੈਗੀ ਹੈ, ਵੀ ਜਿਹੜੀ ਸੈਲਰੀ ਮੈਨੂੰ ਅਕਾਊਂਟ 'ਚ ਨਹੀਂ ਆਉਂਦੀ, ਬਟ ਬਾਕੀ ਯਾਨੀ ਕਿ ਸਾਰਾ ਕੁਛ ਓਕੇ ਹੈ, ਕੋਈ ਦਿੱਕਤ ਨਹੀਂ ਜੀ, ਅਸੀਂ ਆਪਣੇ ਆਪ ਜਸਟੀਫਾਈ ਕਰਾ ਦੇਵਾਂਗੇ। ਲੇਕਿਨ ਉਹਨੂੰ ਬੱਚੇ ਨੂੰ ਕੋਈ ਚੋਇਸ ਨਹੀਂ ਮਿਲ ਪਾਏਗੀ, ਅਗਰ ਬੱਚਾ ਕਹਿੰਦਾ ਜੀ ਮੈਂ ਤਾਂ ਮੈਲਬਰਨ ਜਾਣਾ ਹੈ, ਜਾਂ ਮੈਂ ਸਿਡਨੀ ਹੋ ਜਾਣਾ ਹੈ, ਜਾਂ ਮੈਨੂੰ ਫਲਾਣੀ ਇਹ ਯੂਨੀਵਰਸਿਟੀ ਚਾਹੀਦੀ, ਉਹਦੀ ਮੈਂ ਗਰੰਟੀ ਦਿੰਦਾ ਹੈਗਾ, ਸਾਫ ਸਾਫ ਦੀ ਗੱਲ ਹੈ, ਅਸੀਂ ਕਹਿੰਦੇ ਹਾਂ ਜੀ ਸਟੱਡੀ ਇਨ ਆਸਟ੍ਰੇਲੀਆ
कैश सैलरी एक्सेप्टेड, गैप एक्सेप्टेड, न्यू मैरिज एक्सेप्टेड, स्पाउस ग्रेजुएशन नॉट रिक्वायर्ड, स्टडी ऑस्ट्रेलिया की ऐड होंगी है साड़ी या पोस्ट होंगी है साड़ी, कोई फलानी यूनिवर्सिटी की पोस्ट नहीं होंगी या फलाने लोकेशन की पोस्ट नहीं होंगी है। साफ साफ जी गल है हर किसी केस का अलग सिनेरियो होंगे, अलग सिचुएशन होंगी है, तो असी सिचुएशन तो सिचुएशन देख के बच्चे के डॉक्यूमेंट के हिसाब न बच्चे रिकमेंड करते हैं, तो बच्चे असी ऑप्शन दें जो लैवल वन के अंडर होंगी है। बट अगर बच्चा कहना जी मैं यूनिवर्सिटी भी ए चाहिए है, लोकेशन भी ए चाहिए है, तो साढ़े डॉक्यूमेंट भी तुम चलाओ हाथ जुड़े है जी मेरे, मैं नहीं कुछ कर सकता, मैं क्या कोई भी कंसल्टेंट नहीं कुछ कर सकता। स्टडी इन ऑस्ट्रेलिया सोच के चलो, स्टडी आपके रिश्तेदार के पड़ोस वाली यूनिवर्सिटी ना सोच के चलो, ठीक है ना। जरूरी नहीं है भी तुहाडे रिश्तेदार तुहाडे दोस्त जिहड़े बैठे ने उत्थे, खासकर तुहाडे कई ब्रदर सिस्टर बैठे होंगे ने, भी अगर वो आस पास तो सोचो भी जिमें फॉर एग्जाम्पल कोई पर्थ च रहेंगे एडिलेड च रहेंगे भी असं उत्थे ही जाना जी उसी शहर से जाना। देखो एक होर सो प्रैक्टिकल गल दसदा है भी ये ना रिजैक्शन आप वधाने आप अपनी शरियां वधाने हूँ नैचुरली गल है भी बच्चा जब भी आपके कोई दो रिश्तेदार बैठे वो रियल ब्रदर बैठे फॉर एग्जाम्पल मुंडे का या कुड़ी का जिम्मे स्पाउस केस भी रियल ब्रदर है, जो सू फाइल में मैसेज लगा होंगी है सानू ये लिखना पैंता है भी जेडे मेन एप्लीकेंट हैगा या ना कोई जा रहा है वह कोई उत्थे क्लोज फैमिली रिलेटिव है कि नहीं है, वो तो सच दसना पेगा, वो तो झूठ बोल नहीं सकते क्योंकि कल अगे जाकर पी आर में सू दिक्कत आएगी, सच बोल के ही पा सकती है। असं कहने यस, वो पूछते हैं कितने है तो कि वीज़ा पर है, ठीक है ना, लोकेशन दसो तो एड्रैस दसो तो लोकेशन दसो। हूँ जब बच्चा वो दिमाग च की होंगे भी ठीक है जी मैं तो आपके भरा को चलने हैं, ठीक है ना, कोई पढ़ाई तो नची गल रेलीवेंट लेनी ही पैनी है, वो कोई मैटर नहीं करता, अगर बैचलर कितने तो मास्टर भी लेनी पैनी वो भी कोई मैटर नहीं करता, वो आम गल कोई खास गल नहीं है, ठीक है, उस तो बिना तो केस बनता ही नहीं है, वीज़ा ही नहीं बनता है। जो कहता जी हाँ जी असी आपके मेरा भरा उत्थे रहा भी एडिलेड रहा तो मैं एडिलेड चलने, इमीग्रेशन दिमाग चाहता है ये पढ़ा नहीं चल रहा है आपके भरा को चलिए, बच्चे के दिमाग से भी यही गल होंगी मैं तो भरा को चलने आपके भी पढ़न का तो वह मैटर ही नहीं होंगे। ये चीज़ जो होंगी है वीज़ा को बुलावा दी है रिजैक्ट कर, अगर तुहाडे ब्रदर रियल ब्रदर सिस्टर है उत्थे खासकर हस्बैंड वाइफ के है तो अवॉइड करो उस शहर से अपलाई करना जिहड़े शहर के ब्रदर सिस्टर रहिंदे ने, क्योंकि जब तुसीं इनफॉर्मेशन प्रोवाइड करते हो भी मेरे ब्रदर एडिलेड रहिंदे ने असीं चले हैं सिडनी, कोई दिक्कत नहीं, वो जेन्युइननेस दिखती है भी अगर अगर इन्हें रिश्तेदार को जाना होंगे तो आपके एडिलेड ही अपलाई कर रहे हैं सिडनी क्यों अपलाई किया, ये जेन्युइन स्टूडेंट है सिर्फ, ठीक है भी इनफॉर्मेशन उन्होंने दिती है सारा कुछ, बट इन्होंने अपना कोर्स तो यूनिवर्सिटी का फोकस रखिया, ये नहीं फोकस किया भी मेरा ब्रदर कितने रहा है या मेरी सिस्टर कितने रहेंगे भी, इस करके जेन्युइन स्टूडेंट है। तो दूजे पास जो उन्होंने को एप्लीकेशन जाती है भी जेडे जिथे ब्रदर रहा है उ उत्थे ही यूनिवर्सिटी दिती है, उन्होंने एक गल समझ आ जाती है भी कुछ नहीं करना इन्हें, इन्हें सिर्फ तो आपके भरा को पहुँचना, तो गल भी सही होंगी है स्टूडेंट आदि पॉइंट ऑफ तरफों, क्योंकि देखो ये ना सोचो भी तुम की चाहते हो, ये सोचो इमीग्रेशन की देखना चाहती है या वीज़ा ऑफिसर की देखना चाहता है, जब तुम वो जो वो दिमाग च शक दे दायरा बनया होया भी यार एवें करके अगर केस आ रहा है तो वह डाउटफुल केस है, तो तुम उन्होंने जब उसी तरीके अपलाई कर दें तो नैचुरल गल है भी अपने आप ही डाउट तुम क्रिएट करता अपने वीज़े का, तो अपने आप ही तुम रिजैक्शन बढ़ावा दे रहे हो। तो इसी केस में अगर आप यूनिवर्सिटी वधिया जाके सारा कुछ ठीक लै के तो आप लोकेशन चेंज करके चलते हैं तो नैचुरली गल है भी वो पॉइंट खत्म हो गया भी ब्रदर को जल है वो कहानी खत्म हो गई, फिर आ जो कंडीशन जो रिजैक्शन का कारण बनता है भी तुम अपने अपने जिमें ब्रदर को चलते हो या तुम वापस नहीं आओगे या तुम जेन्युइन टैंपरेरी एंट्रेंट नहीं हो, यह सारी चीज़ें खत्म हो जाती एक बार, नहीं तो तुम बढ़ावा दें उस चीज़ का, इसी चीज़ दिजैक्शन बच्चे फिर लैके आते हैं नॉन जी टी करता जी तुम वापस नहीं आओगे जी, वो तो पता ही है वापस नहीं आओगे तुम तो अपने ब्रदर को शरिया भी दस रहे हो मेरा ब्रदर उत्थे बैठे तो अभी उसी यूनिवर्सिटी जा रहे हैं, ये चीज़ का बहुत ज़्यादा ख्याल रखो तो तुम आप देखोगे सक्सैस रेट बहुत हाई हो जाएगा। सर कई बच्चे जोड़े होंगे ने ऑस्ट्रेलिया स्पाउस वीज़ा लगाना चाहते हैं बट उन्होंने गैप करके वरिड रहते हैं कि सानू लगानी चाहिए है फाइल या नहीं, इन्होंने कोई दिक्कत नहीं जी, तुम अगर प्लस टू स्पाउस केस लगाना चाहते हो साड़ी कंपनी वो भी जाती है, वो भी एक दो साल का अं गैप एक्सैप्ट कर देंगे भी 18 पास आउट हो साढ़े को आ जाओ असी करा देंगे, बट परसेंटेज 65% चाहिए हैं 6 बैंड होने चाहिए साढ़े पास तो कटनी कट्ठिया स्पाउस वीज़ा लगा देंगे। अगर तुम डिप्लोमा किया हो डिप्लोमे तो बाद अगर 2-3 साल का गैप हैगा कैश इन एंड सैलरी हैगी है 6 ईच ना तुम फाइल लगाने हो या 6 बैंड है 1-5 2-5 अपलाई करो स्पाउस केस में कोई दिक्कत वाली गल नहीं करा देंगे।
ਗ੍ਰੈਜੂਏਸ਼ਨ ਕੀਤੀ ਹੈ ਜੀ, ਮਾਸਟਰਸ ਕੀਤੀ ਹੈ, 60% ਤੁਹਾਡੇ ਨੰਬਰ ਨੇ, ਅਗਰ ਬੈਂਡ ਜ਼ਿਆਦਾ ਵਧੀਆ ਬਹੁਤ ਅੱਛੀ ਗੱਲ ਹੈ, ਨਹੀਂ ਤਾਂ ਐਜ਼ੀ ਕੋਰਸ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਗੈਪ ਅਗਰ ਤੁਹਾਡਾ ਹੈਗਾ ਉਹੀ ਗੱਲ ਆ ਗਈ ਵੀ ਕੈਸ਼ ਇਨ ਹੈਂਡ ਤੁਸੀਂ ਸੈਲਰੀ ਦਿਖਾ ਦਿਓ ਚੱਲ ਜਾਏਗਾ, ਅਗਰ ਪਲੱਸ ਟੂ ਤੋਂ ਬਾਅਦ ਗੈਪ ਹੈ ਤੁਸੀਂ ਜੋ ਵੀ ਐਂਟਰੈਂਸ ਟੈਸਟ ਦੀ ਤਿਆਰੀ ਕੀਤੀ ਹੈ, ਕੋਈ ਡਿਪਲੋਮਾ ਵਗੈਰਾ ਦਿਖਾ ਦਿੰਦੇ ਹੋ ਉਹ ਵੀ ਅਕਸੈਪਟੇਬਲ ਹੈਗੇ ਹੈ। ਡਿਪਲੋਮਾ ਤੋਂ ਬਾਅਦ ਗੈਪ ਹੈਗਾ ਤੁਸੀਂ ਵਰਕ ਐਕਸਪੀਰੀਅੰਸ ਦਿਖਾ ਦਿਓ, ਬੈਚਲਰ ਤੋਂ ਬਾਅਦ ਅਗਰ ਗੈਪ ਹੈ ਵਰਕ ਐਕਸਪੀਰੀਅੰਸ ਦਿਖਾ ਦਿਓ ਚੱਲ ਜਾਏਗਾ, ਫੈਮਿਲੀ ਨਾਲ ਕੰਮ ਕਰਦੇ ਹੋ ਉਹ ਅਕਸੈਪਟੇਬਲ ਹੈ, ਵੀ ਕਾਫੀ ਤਰੀਕੇ ਦੇ ਜਿਹੜੇ ਡਾਕੂਮੈਂਟ ਅਕਸੈਪਟੇਬਲ ਹੈ। ਬਾਕੀ ਦੇਖੋ ਹਰ ਚੀਜ਼ ਹੁੰਦੀ ਹੈ ਕੇਸ ਬਾਈ ਕੇਸ, ਠੀਕ ਹੈ ਨਾ। ਵੀ ਅਸੀਂ ਮੈਕਸੀਮਮ ਦੀ ਗੱਲ ਕਰੀਏ ਵੀ ਮੈਂ 36 ਸਾਲ ਦੀ ਕੁੜੀ ਅਤੇ ਉਹਦੇ ਨਾਲ ਹਸਬੈਂਡ ਅਤੇ ਬੱਚੇ ਦਾ ਇਕੱਠੀ ਵੀਜ਼ਾ ਲੈ ਚੁੱਕੇ ਹਾਂ, ਵੀ 36 ਸਾਲ ਦੀ ਉਮਰ ਕੋਈ ਘੱਟ ਨਹੀਂ ਹੁੰਦੀ ਹੈਗੀ, ਅਤੇ ਨੱਚ ਜੀ ਗੱਲ ਦਾ ਘੱਟੋ ਘੱਟ 14-15 ਸਾਲ ਦਾ ਗੈਪ ਹੋਏਗਾ। ਵੀ ਆਮ ਤੌਰ 'ਤੇ ਗ੍ਰੈਜੂਏਸ਼ਨ ਜਿਹੜੀ ਹੈਗੀ ਹੈ 20-21 ਸਾਲ 22 ਸਾਲ ਦੀ ਉਮਰ 'ਚ ਮੈਕਸੀਮ 22 ਜਾਂ 23 ਸਾਲ 'ਚ ਹੱਦੋਂ ਹੱਦ ਹੋ ਜਾਂਦੀ ਹੈ, ਕਿਉਂਕਿ 36 ਸਾਲ ਦੀ ਉਮਰ ਹੈ ਤਾਂ 13 ਸਾਲ ਦਾ ਗੈਪ ਹੋਇਆ। ਅਤੇ ਉਹਦੇ ਵਿੱਚ ਕੇਸ 'ਚ ਕੀ ਸੀ, ਸਾਡੇ 6 ਬੈਂਡ ਸੀਗੇ ਜੀ, ਕੈਸ਼ ਇਨ ਹੈਂਡ ਸੈਲਰੀ ਸੀਗੀ, ਇਕੱਠਿਆਂ ਦਾ ਅਪਲਾਈ ਕਰਕੇ ਵੀਜ਼ਾ ਲਿਆ, ਤਾਂ ਕੋਈ ਦਿੱਕਤ ਨਹੀਂ ਹੈਗੀ। ਹੁਣ ਉਹ ਕਿਤੇ ਨਾ ਕਿਤੇ ਇੱਕ ਪੁਆਇੰਟ ਸਟਰੋਂਗ ਹੋਣਾ ਚਾਹੀਦਾ, ਉਹਦੇ 'ਚ ਗੈਪ ਵੀ ਆ ਗਿਆ ਜੀ, ਬਹੁਤ ਜ਼ਿਆਦਾ ਗੈਪ ਆ ਗਿਆ ਜਿਹਨੂੰ ਕਹਿੰਦੇ ਨੇ, ਫਿਰ ਅਸੀਂ ਬੈਂਡ ਵਧੀਆ ਦੇਖੇ ਠੀਕ ਨੇ, ਪਰਸੈਂਟੇਜ ਐਵਰੇਜ ਸੀਗੀ, ਅਪਲਾਈ ਕੀਤਾ ਵੀਜ਼ਾ ਆ ਗਿਆ। ਅਤੇ ਹੁਣ ਜਿਹੜਾ 10th ਅਤੇ ਪਲੱਸ 2 ਦੇ ਵਿੱਚ ਵੀ 7 ਸਾਲ ਦੇ ਗੈਪ ਦਾ ਅਸੀਂ ਵੀਜ਼ਾ ਲੈ ਚੁੱਕੇ ਹਾਂ, ਡਿਪਲੋਮੇ ਤੋਂ ਬਾਅਦ ਅਗਰ ਆਪਾਂ ਗੈਪ ਦੀ ਗੱਲ ਕਰੀਏ 7-8 ਸਾਲ ਤੱਕ ਦੇ ਗੈਪ ਦਾ ਅਸੀਂ ਵੀਜ਼ਾ ਲੈ ਚੁੱਕੇ ਹਾਂ, ਬੈਚਲਰ ਅਤੇ ਮਾਸਟਰ ਦੇ ਵਿੱਚ ਗੈਪ 3-4 ਸਾਲ ਦਾ ਅਗਰ ਹੈਗਾ, 5 ਸਾਲ ਦਾ ਗੈਪ ਵੈਸੇ ਵੀਜ਼ਾ ਲੈ ਚੁੱਕੇ ਹਾਂ, ਮਾਸਟਰ ਤੋਂ ਬਾਅਦ ਗੈਪ ਦੇ ਅਸੀਂ ਵੀਜ਼ਾ ਲੈ ਚੁੱਕੇ ਹਾਂ। ਇਸ ਕਰਕੇ ਇੰਨਾ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ, ਕੇਸ ਟੂ ਕੇਸ ਡਿਪੈਂਡ ਕਰਦਾ ਵੀ ਕੇਸ ਦੇ ਵਿੱਚ ਕੋਈ ਇੱਕ ਪੁਆਇੰਟ ਹੋਏ ਜਿਹੜਾ ਸਟਰੋਂਗ ਹੋਏ ਅਤੇ ਅਸੀਂ ਉਹਦੇ ਆਸ ਪਾਸ ਹੀ ਜਿਹੜਾ ਕੇਸ ਨੂੰ ਜਿਹਨੂੰ ਕਹਿੰਦੇ ਬੁਣ ਲੈਂਦੇ ਹਾਂ, ਜਿਹਨੂੰ ਕਹਿੰਦੇ ਵੀ ਸਟਰੋਂਗ ਬਣਾ ਲੈਂਦੇ ਹਾਂ ਉਹਨੂੰ ਕਿਤੇ ਨਾ ਕਿਤੇ ਪੁਆਇੰਟ ਲੈ ਕੇ। ਅਤੇ ਇਸ ਕਰਕੇ ਅਗਰ ਕੋਈ ਵੀ ਤੁਹਾਡੀ ਕੁਐਰੀ ਹੈਗੀ ਹੈ ਆਸਟ੍ਰੇਲੀਆ ਗੈਪ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਸਪਾਊਸ ਵੀਜ਼ਾ ਨੂੰ ਲੈ ਕੇ ਜਾਂ ਕਿਸੇ ਵੀ ਤਰੀਕੇ ਦਾ ਤੁਹਾਡਾ ਕੋਈ ਡਾਊਟ ਹੈਗਾ, ਕੋਈ ਫਾਈਨੈਂਸ਼ੀਅਲ ਡਾਕੂਮੈਂਟਸ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਜਾਂ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆ ਰਹੀ ਹੈ, ਤੁਸੀਂ ਸਾਡੀ ਕੰਪਨੀ ਨੂੰ ਕੰਟੈਕਟ ਕਰ ਸਕਦੇ ਹੋ। ਸਾਡੇ ਆਫਿਸ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਨੇ। ਅਸੀਂ ਲੋਕਡਾਊਨ ਤੋਂ ਪਹਿਲਾਂ ਵੀ ਸਾਡੇ 5 ਆਫਿਸ ਅਤੇ ਲੋਕਡਾਊਨ ਤੋਂ ਬਾਅਦ ਵੀ ਸਾਡੇ 5 ਆਫਿਸ ਨੇ। ਅਸੀਂ ਕੋਈ ਆਫਿਸ ਜਿਵੇਂ ਬਾਕੀ ਕੰਸਲਟੈਂਟਸ ਨੂੰ ਅਸੀਂ ਬੰਦ ਨਹੀਂ ਕੀਤਾ, ਕੋਈ ਅਸੀਂ ਸਟਾਫ ਨੂੰ ਨਹੀਂ ਆਊਟ ਕੀਤਾ, ਯਾਨੀ ਕਿ ਉਹੀ ਮੋਸਟਲੀ ਸਾਡਾ ਸਟਾਫ, ਕੋਈ ਠੀਕ ਹੈ ਸਰਕਮਸਟਾਂਸ ਦੇ ਹਿਸਾਬ ਨਾਲ ਕੋਈ ਨਹੀਂ ਜੋਬ ਡਰ ਦੇ ਕਾਰਨ ਨਹੀਂ ਬੱਚੇ ਕਿਸੇ ਨੇ ਕੰਟੀਨਿਊ ਕੀਤਾ, ਤਾਂ ਅਲੱਗ ਗੱਲ ਹੈ। ਬਟ ਅਦਰਵਾਈਜ਼ ਸਾਡੀ ਕੰਪਨੀ ਦੇ ਜਿੰਨਾ ਸਟਾਫ ਲੋਕਡਾਊਨ ਤੋਂ ਪਹਿਲਾਂ ਸੀ, ਇਸ ਟਾਈਮ ਘੱਟੋ ਘੱਟ 10-12 ਬੰਦੇ ਸਾਡੇ ਵੱਧ ਹੀ ਨੇ ਇਸ ਟਾਈਮ 'ਤੇ। ਅਤੇ ਸਾਡੀ ਕੰਪਨੀ ਰਿਕਰੂਟ ਵੀ ਕਰ ਰਹੀ ਹੈ ਨਵਾਂ ਸਟਾਫ, ਅਤੇ ਜਿਹੜੀਆਂ ਵੀ ਸਾਡੀਆਂ ਲੋਕੇਸ਼ਨ 'ਚ ਆਫਿਸ ਸੀਗੇ ਸਾਰੇ ਆਫਿਸ ਇੰਟੈਕਟ ਹੈਗੇ ਨੇ, ਬਲਕਿ ਅਸੀਂ ਹੋਰ 2 ਆਫਿਸ ਨਵੇਂ ਖੋਲ੍ਹਣ ਦੇ ਵਿੱਚ ਅਸੀਂ ਇਸ ਟਾਈਮ 'ਤੇ ਸਾਡੀ ਕੋਸ਼ਿਸ਼ ਚੱਲ ਰਹੀ ਹੈ ਵੀ ਅਸੀਂ ਕੁਰਕਸ਼ੇਤਰ ਅਤੇ ਬਠਿੰਡਾ ਅਸੀਂ ਜਲਦੀ ਤੋਂ ਜਲਦੀ ਸ਼ੁਰੂ ਕਰ ਦਈਏ। ਅਤੇ ਜਿਹੜੀ ਪ੍ਰੋਸੈਸਿੰਗ ਹੈਗੀ ਹੈ ਕੇਸਿਸ ਦੀ, ਜਿਹਨੂੰ ਜਿਹੜਾ ਮੇਨ ਜਿਹੜੀਆਂ ਚੀਜ਼ਾਂ ਆ ਜਾਂਦੀ ਹੈ ਉਹ 2 ਚੀਜ਼ਾਂ ਆ ਜਾਂਦੀ ਹੈ, ਇੱਕ ਤਾਂ ਵੀ ਕਿਹੜੀ ਯੂਨੀਵਰਸਿਟੀ, ਕਿਹੜਾ ਕੋਰਸ, ਵੀ ਕੀ ਫਾਰਮੂਲਾ ਲਗਾਉਣਾ ਕੇਸ 'ਚ ਜਿਹਦੇ ਨਾਲ ਕੇਸ ਸਟਰੋਂਗ ਹੋ ਜੇ, ਉਹ ਮੈਂ ਆਪ ਦੇਖਦਾ, ਉਹ ਮੇਰਾ ਕੋਈ ਸਟਾਫ ਮੈਂਬਰ ਨਹੀਂ ਦੇਖਦਾ, ਮੈਂ ਆਪ ਦੇਖਦਾ ਵੀ ਕਿਹੜੀ ਲੋਕੇਸ਼ਨ, ਕਿਹੜਾ ਕੋਰਸ ਅਤੇ ਕਿਹੜਾ ਜਿਹੜੀ ਯੂਨੀਵਰਸਿਟੀ ਦੇ ਨਾਲ ਅਸੀਂ ਅਪਲਾਈ ਕਰਕੇ ਵੀ ਕੇਸ ਮਜ਼ਬੂਤ ਕਰ ਸਕਦੇ ਹਾਂ। ਵੀ ਮੇਰਾ ਇੱਕੋ ਹੀ ਫਾਰਮੂਲਾ ਵੀ ਜੇ ਤਾਂ ਬੱਚੇ ਦੇ ਬੈਂਡ, ਮੇਰਾ ਤਾਂ ਜਿਵੇਂ ਫਾਰਮੂਲਾ ਇਹੀ ਹੈ ਵੀ ਜੇ ਤਾਂ ਕੇਸ ਬਹੁਤ ਸਟਰੋਂਗ ਹੈਗਾ, ਓਵਰਆਲ ਸਟਰੋਂਗ ਹੈ, ਉਹਨੂੰ ਜਿੱਥੇ ਮਰਜ਼ੀ ਪਾ ਦਿਓ, ਸਸਤੇ ਮਹਿੰਗੇ 'ਚ ਪਾ ਦਿਓ, ਜਿੱਥੇ ਮਰਜ਼ੀ ਪਾ ਦਿਓ, ਵੀਜ਼ਾ ਗ੍ਰਾਂਟ ਹੋ ਜਾਏਗਾ, ਕੋਈ ਖਾਸ ਗੱਲ ਨਹੀਂ। ਅਤੇ ਜਿੱਥੇ ਕੇਸ ਕਮਜ਼ੋਰ ਹੈ ਅਤੇ ਉੱਥੇ ਮੈਂ ਯੂਨੀਵਰਸਿਟੀ ਕਾਲਜ, ਮੈਂ ਥੋੜ੍ਹਾ ਜਿਹਾ ਨਾ ਜਿਹਨੂੰ ਕਹਿੰਦੇ ਵੀ ਇੱਕ ਲੈਵਲ 1 'ਤੇ ਸਟਰੋਂਗ ਲੈ ਕੇ ਚੱਲਦਾ, ਵੀ ਟੋਪ ਲੈਵਲ ਦੀ ਯੂਨੀਵਰਸਿਟੀਆਂ ਲੈ ਕੇ ਚੱਲਦਾ, ਵੀ ਉਹਦੇ ਨਾਲ ਫਿਰ ਕੀ ਹੈ, ਕੇਸ ਕਮਜ਼ੋਰ ਹੈ ਉੱਧਰ ਦੀ ਯੂਨੀਵਰਸਿਟੀ ਸਟਰੋਂਗ ਹੈ, ਉਹ ਬੈਲੈਂਸ ਬਣ ਜਾਂਦਾ ਅਤੇ ਵੀਜ਼ਾ ਗ੍ਰਾਂਟ ਹੋ ਜਾਂਦਾ। ਇੱਕ ਤਾਂ ਜਿਵੇਂ ਇਹ ਆ ਗਿਆ ਵੀ ਫਾਰਮੂਲਾ ਕੀ ਲਗਾਉਣਾ ਕੇਸ 'ਚ, ਅਤੇ ਦੂਸਰੀ ਗੱਲ ਇਹ ਆ ਜਾਂਦੀ ਵੀ ਜਦੋਂ ਐਂਡ 'ਚ ਫਾਈਲ ਬਣਨੀ ਹੈ, SOP ਮੈਂ ਆਪ ਦੇਖਦਾ ਹਾਂ ਜੀ, ਅਤੇ ਫਾਈਲ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਲਗਾਉਣੇ, ਅਗਰ ਕੋਈ ਕਮੀ ਹੈਗੀ ਹੈ ਤਾਂ ਮੈਂ ਉੱਥੇ ਹੋਲਡ ਕਰ ਦੂੰਗਾ ਫਾਈਲ ਨੂੰ, ਮੈਂ ਅਪਲਾਈ ਨਹੀਂ ਕਰੂੰਗਾ ਜਦ ਤੱਕ ਉਹ ਡਾਕੂਮੈਂਟ ਪੂਰੇ ਨਹੀਂ ਹੁੰਦੇ। ਸਾਡੀ ਕੰਪਨੀ 'ਚ ਵੀ ਅਪਲਾਈ ਕਰਤਾ ਜੀ, ਦੇਖ ਲਾਂਗੇ ਵੀਜ਼ਾ ਆਉਂਦਾ ਕਿ ਨਹੀਂ ਆਉਂਦਾ, ਐਸਾ ਨਹੀਂ ਕਰਦੇ ਅਸੀਂ। ਅਤੇ ਬੇਸ਼ੱਕ ਸਾਨੂੰ 10 ਦਿਨ ਲੱਗ ਜਾਣ, ਬੇਸ਼ੱਕ 20 ਦਿਨ ਲੱਗ ਜਾਣ, ਮਹੀਨਾ ਲੱਗ ਜਾਏ, ਜਦ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਵੀ ਹਾਂ ਹੁਣ ਡਾਕੂਮੈਂਟੇਸ਼ਨ ਪੂਰੀ ਹੈ ਅਤੇ ਤੁਸੀਂ ਫਾਈਲ ਲਗਾਵਾਂਗੇ ਤਾਂ ਵੀਜ਼ਾ ਗ੍ਰਾਂਟ ਹੋ ਜਾਏਗਾ, ਤਦ ਤੱਕ ਅਸੀਂ ਵੇਟ ਕਰਦੇ ਹਾਂ, ਤਦ ਤੱਕ ਅਸੀਂ ਫਾਈਲ ਅੰਬੈਸੀ 'ਚ ਪੁੱਟਅਪ ਨਹੀਂ ਕਰਦੇ। ਇਸੀ ਕਾਰਨ ਸਾਡੀ ਕੰਪਨੀ ਦਾ ਸਕਸੈਸ ਰੇਟ ਹਾਈ ਆਉਂਦਾ, ਕਿਉਂਕਿ ਪਹਿਲਾਂ ਹੀ ਅਸੀਂ ਦੇਖਦੇ ਹਾਂ, ਆਈਡੈਂਟੀਫਾਈ ਕਰ ਦਿੰਦੇ ਹਾਂ ਵੀ ਕੇਸ ਸਹੀ ਹੈ ਕਿ ਨਹੀਂ ਹੈਗਾ, ਅਤੇ ਅਸੀਂ ਉਹਦੇ 'ਤੇ ਅਗਰ ਫਾਈਲ ਅਪਲਾਈ ਕਰਾਂਗੇ ਤਾਂ ਵੀਜ਼ਾ ਗ੍ਰਾਂਟ ਹੋਏਗਾ ਕਿ ਨਹੀਂ ਹੈਗਾ। ਅਤੇ ਦੂਸਰੀ ਗੱਲ, ਜਦੋਂ ਫਾਈਲ ਲਗਾਉਣਾ ਹੈ ਤਾਂ ਉਹਦੇ ਵਿੱਚ ਉਹਨੂੰ ਜਿੰਨਾ ਮਜ਼ਬੂਤ ਹੁੰਦੀ ਹੈ ਹੁੰਦੀ ਹੈ, ਉਹਨੂੰ ਹੋਰ ਕਿੰਨੇ ਗੁਣਾਂ ਨਾਲ ਮਲਟੀਪਲਾਈ ਕਰਕੇ ਮਜ਼ਬੂਤ ਕਰਨਾ ਹੈ, ਅਤੇ ਦੂਸਰਾ ਸਾਡਾ ਪੁਆਇੰਟ ਉਹ ਆ ਜਾਂਦਾ। ਅਤੇ ਦੋਨੋਂ ਚੀਜ਼ਾਂ ਮੈਂ ਦੇਖਦਾ, ਤੁਸੀਂ ਬੇਸ਼ੱਕ ਜਿਹੜੀ ਮਰਜ਼ੀ ਮੇਰੀ ਬ੍ਰਾਂਚ ਵਿੱਚ ਤੁਸੀਂ ਅਪਲਾਈ ਕਰ ਦਿੰਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਘੁੰਮ ਫਿਰ ਕੇ ਕੇਸ ਮੇਰੇ ਕੋਲ ਹੀ ਆਉਣਾ, ਮੈਨੇ ਹੀ ਐਡਮਿਸ਼ਨ ਦਾ ਦੇਖਣਾ, ਮੈਨੇ ਹੀ ਫਾਈਲਿੰਗ ਦਾ ਦੇਖਣਾ, ਇਸ ਕਰਕੇ ਤੁਹਾਡੀ ਜਿਹੜੀ ਫਾਈਲ
ਕੋਈ ਯੂਨੀਵਰਸਿਟੀ ਦੇ ਵਿੱਚ ਬਿਲਕੁਲ ਅਪਲਾਈ ਕਰ ਸਕਦੇ ਹਾਂ ਇਸ ਟਾਈਮ 'ਤੇ ਕੋਈ ਅਰਾਊਂਡ 26 ਯੂਨੀਵਰਸਿਟੀਆਂ ਜਿਹੜੀਆਂ ਲੈਵਲ 1 ਦੇ ਅੰਡਰ ਆਉਂਦੀਆਂ ਅਤੇ ਮੈਂ ਤਾਂ ਕਹਿੰਦਾ ਲੈਵਲ 2 ਨੂੰ ਅਵੋਇਡ ਕਰਦੇ ਲੈਵਲ 1 'ਚ ਅਪਲਾਈ ਕਰੋ ਸਕਸੈਸ ਰੇਟ ਬੈਟਰ ਹੈਗਾ ਲੈਵਲ 2 ਦੇ ਵਿੱਚ ਸਾਡੇ ਕੋਲ ਰੋਜ਼ ਬੱਚੇ ਆਉਂਦੇ ਨੇ ਦਿਖਾਉਂਦੇ ਸਾਨੂੰ ਰਿਜੈਕਸ਼ਨ ਲੈਟਰ ਜਾਂ ਭੇਜਦੇ ਨੇ ਸਾਨੂੰ ਵੀ ਰਿਜੈਕਟ ਹੋ ਗਿਆ ਕੇਸ ਵੀ ਇਹ ਨਾ ਸੋਚੋ ਵੀ ਅੱਖਾਂ ਬੰਦ ਕਰਕੇ ਅੰਬੈਸੀ ਵੀਜ਼ਾ ਦੇ ਰਹੀ ਹੈ ਅੰਬੈਸੀ ਰਿਜੈਕਟ ਕਰ ਰਹੀ ਹੈ ਤੁਸੀਂ ਆਓ ਸਾਨੂੰ ਬੱਚਿਆਂ ਦੇ ਸਾਨੂੰ ਦਿਖਾਉਂਦੇ ਹਾਂ ਵਟਸਐਪ ਆਏ ਹੋਏ ਬੱਚਿਆਂ ਦੇ ਜਿਹੜੇ ਭੇਜਦੇ ਹਾਂ ਰਿਜੈਕਸ਼ਨ ਲੈਟਰ ਜਾਂ ਈਮੇਲ ਕਰਦੇ ਹਾਂ ਸਾਨੂੰ ਅਤੇ ਫੰਡ ਦੀ ਵਜ੍ਹਾ ਤੋਂ ਬਹੁਤ ਜ਼ਬਰਦਸਤ ਰਿਜੈਕਸ਼ਨ ਆਉਂਦੀ ਹੈ ਅਤੇ ਕਿਉਂਕਿ ਨੈਚੁਰਲੀ ਗੱਲ ਹੈ ਵੀ ਜਿਨ੍ਹਾਂ ਨੇ ਫਾਈਲਾਂ ਲਾਈਆਂ ਹੋਈਆਂ ਸੀਗੀਆਂ ਫੰਡ ਫਾਈਨੈਂਸ਼ੀਅਲ ਕਢਾ ਲਏ ਜਾਂ ਏਜੰਟ ਨੇ ਕਢਾ ਲਏ ਫੰਡ ਜੀ ਅਤੇ ਉਹਦੇ ਚੱਕਰ 'ਚ ਰਿਜੈਕਸ਼ਨਾਂ ਕਾਫੀ ਆਈਆਂ ਬੱਚਿਆਂ ਦੀਆਂ ਅਤੇ ਕਿਤੇ ਨਾ ਕਿਤੇ ਲੈਵਲ 2 ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਹੈਗੀ ਹੈ ਅਤੇ ਬਾਕੀ ਅਗਰ ਬਹੁਤ ਸਟਰੋਂਗ ਤੁਹਾਡਾ ਕੇਸ ਹੈਗਾ ਅਤੇ ਫਾਈਨੈਂਸ਼ੀਅਲ ਹਰ ਚੀਜ਼ ਸਟਰੋਂਗ ਹੈ ਤਾਂ ਹੀ ਤੁਸੀਂ ਪੰਗਾ ਲਓ ਲੈਵਲ 2 ਦਾ ਵਰਨਾ ਮੈਂ ਕਹੂੰਗਾ ਵੀ ਤੁਸੀਂ ਲੈਵਲ 1 'ਚ ਹੀ ਅਪਲਾਈ ਕਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਸਮਾਪਤ ਹੁੰਦਾ ਹੈ ਥੈਂਕ ਯੂ ਸੋ ਮਚ